क्या मध्य छूछे भाव धरे क्या मध्य छूछे भाव धरे अमृत का अमृत का व्यापारी होवे अमृत का व्यापारी होवे क्या मध्य छूछे भाव धरे क्या मध्य छूछे भाव धरे मध्य छूछे भाव धरे गुण कर ज्ञान ध्यान कर धावे गुण कर ज्ञान ध्यान कर धावे कर करनी कस पाइए कर करनी कस पाइए भट्टी भवन प्रेम का पोचा भट्टी भवन प्रेम का पोचा इतरस अमियो चुआइए इतरस अमियो चुआइए बाबा बाबा मन मतवारो नाम रस पीवे
ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਐਨ ਸੁਬਨੀ ਪ੍ਰੇਮ ਲਿਵਲਾਗੀ ਐਨ ਸੁਬਨੀ ਪ੍ਰੇਮ ਲਿਵਲਾਗੀ ਸ਼ਬਦ ਅਨਾਹਦ ਗਹਿਆ ਸ਼ਬਦ ਅਨਾਹਦ ਗਹਿਆ ਪੂਰਾ ਸਾਚ ਪਿਆਲਾ ਸਹਿਜੇ ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ ਤਿਸੇ ਪਿਆਏ ਜਾਂ ਕੋ ਨਦਰ ਕਰੇ ਤਿਸੇ ਪਿਆਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਅੰਮ੍ਰਿਤ ਕਾ ਵਪਾਰੀ ਹੋਵੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਭਾਉ ਧਰੇ ਕਿਆ ਮਦ ਛੂਛੇ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਭਇਆ ਪੀਵਤ ਹੀ ਪਰਵਾਨ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ
ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬਕੁੰਠੇ ਕਰੇ ਕਿਆ। ਮੁਕਤ ਬਕੁੰਠੇ ਕਰੇ ਕਿਆ, ਸਿਫਤੀ ਰਤਾ ਸਦਾ ਬਰਾਗੀ, ਸਿਫਤੀ ਰਤਾ ਸਦਾ ਬਰਾਗੀ, ਜੂਏ ਜਨਮ ਨਾ ਹਾਰੇ, ਜੂਏ ਜਨਮ ਨਾ ਹਾਰੇ, ਕਹੁ ਨਾਨਕ ਸੁਣ ਪਰਥਰ ਜੋਗੀ, ਸੁਣ ਪਰਥਰ ਜੋਗੀ, ਖੀਵਾ ਅੰਮ੍ਰਿਤ ਧਾਰੇ, ਖੀਵਾ ਅੰਮ੍ਰਿਤ ਧਾਰੇ, ਖੀਵਾ ਅੰਮ੍ਰਿਤ ਧਾਰੇ, ਅੰਮ੍ਰਿਤ ਕਾ ਵਪਾਰੀ ਹੋਵੇ, ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਛੂਛੇ ਭਾਉ ਕਰੇ, ਕਿਆ ਮਦ ਛੂਛੇ ਭਾਉ ਧਰੇ, ਅੰਮ੍ਰਿਤ ਕਾ ਵਪਾਰੀ ਹੋਵੇ, ਅੰਮ੍ਰਿਤ ਕਾ ਵਪਾਰੀ ਹੋਵੇ, ਗੁਰ ਕਰ ਧਿਆਨ ਗਿਆਨ, ਗੁਰ ਕਰ ਗਿਆਨ ਧਿਆਨ ਕਰ ਧਾਵੇ, ਕਰ ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ, ਬ
ਹਾਥੀ ਭਵਨ ਪ੍ਰੇਮ ਕਾ ਪੋਚਾ ਇਤ ਇਤ ਰਸ ਅੰਮ੍ਰਿਤ ਚੁਆਈਐ ਇਤ ਰਸ ਅੰਮ੍ਰਿਤ ਚੁਆਈਐ ਬਾਬਾ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਮਨ ਮਤਵਾਰੋ ਮਾਤੋ ਹਰ ਰੰਗ ਮਾਤੋ ਬਾਬਾ ਮਨ ਮਤਵਾਰੋ ਮਾਤੋ ਹਰ ਰੰਗ ਮਾਤੋ ਉਹੀ ਪੀਓ ਉਹੀ ਪੀਓ ਉਹੀ ਖੀਓ ਇਹ ਨਸ਼ਾ ਇਹ ਮਸਤੀ ਬਾਜ਼ਾਰੋਂ ਨਹੀਂ ਖਰੀਦੀ ਜਾਂਦੀ ਇਹਦੀ ਕੋਈ ਦੁਕਾਨ ਨਹੀਂ ਇਹ ਮਿਲਦੀ ਹੈ ਐਸੀ ਨਹੀਂ ਗੱਲ ਕਿ ਮਿਲਦੀ ਨਹੀਂ ਇਹ ਮਸਤੀ ਗੁਰੂ ਦਿੰਦਾ ਤੇ ਬੋਤਲ ਦੀ ਕੀਮਤ ਵਾਂਗੂ ਕੀਮਤ ਵੀ ਨਹੀਂ ਮੰਗਦਾ ਕਿਹੜੀ ਅਜੀਬ ਗੱਲ ਹੈ ਕੀਮਤ ਹੀ ਨਹੀਂ ਮੰਗਦਾ ਦਾਨ ਵਿੱਚ ਦਿੰਦਾ ਹੈ ਦਾਨ ਦਾ ਇਹੋ ਫਰਕ ਹੁੰਦਾ ਹੈ ਦਾਨ ਦੇ ਰਜ਼ਾਨੇ ਵਿੱਚ ਕੁਛ ਮੰਗਿਆ ਨਹੀਂ ਜਾਂਦਾ ਦਾਨ ਦੀ ਕੀਮਤ ਨਹੀਂ ਹੁੰਦੀ ਤੇ ਕਿਹੜੀ ਅਜੀਬ ਗੱਲ ਹੈ ਦਾਨ ਦੀ ਕੀਮਤ ਨਹੀਂ ਹੁੰਦੀ ਪਰ ਜੇ ਹੁੰਦੀ ਹੈ ਤੇ ਉਹਦੀ ਸਮਝ ਨਹੀਂ ਆਉਂਦੀ ਅਸੀਂ ਸ਼ਬਦ ਵਿੱਚ ਪੜ੍ਹਨੇ ਆ ਬਾਣੀ ਵਿੱਚ ਵੀ ਇਤਿਹਾਸ ਵਿੱਚ ਵੀ ਵਾਚਨੇ ਆ ਗੁਰੂ ਨੇ ਅੰਮ੍ਰਿਤ ਵੰਡਿਆ ਗੁਰਬਾਣੀ ਨੇ ਵੀ ਆਖਿਆ ਉੱਥੇ
ਉੱਥੇ ਅੰਮ੍ਰਿਤ ਵੰਡੀਏ ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ। ਅੰਮ੍ਰਿਤ ਦੀ ਪਰਿਭਾਸ਼ਾ ਇੱਕੋ ਹੈ, ਬਦਲ ਵੀ ਨਹੀਂ। ਅੰਮ੍ਰਿਤ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬੜੇ ਨਿਰਣੇ ਕੀਤੇ ਨੇ। ਅੰਮ੍ਰਿਤ ਦੀਆਂ ਗੱਲਾਂ ਬੜੀਆਂ ਅਸੀਂ ਕਰਨੇ ਆ, ਜਿਨ੍ਹਾਂ ਦਿਨਾਂ ਅੰਦਰ ਵਿਸਾਖੀ ਦੇ ਦਿਨ ਹੁੰਦੇ ਨੇ ਨਾ, ਉਦੋਂ ਤਾਂ ਹਰ ਸਟੇਜ 'ਤੇ ਅੰਮ੍ਰਿਤ ਦੀਆਂ ਹੀ ਗੱਲਾਂ ਹੁੰਦੀਆਂ ਨੇ। ਕਿਹੜੀ ਅਜੀਬ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਇੱਕ ਤਰ੍ਹਾਂ ਦਾ ਨਹੀਂ, ਇੱਕ ਤਰ੍ਹਾਂ ਦਾ ਨਹੀਂ। ਬਾਣੀ ਨੂੰ ਵੀ ਅੰਮ੍ਰਿਤ ਆਖਿਆ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਬਚਨ ਨੂੰ ਵੀ ਅੰਮ੍ਰਿਤ ਆਖਿਆ, ਅੰਮ੍ਰਿਤਾ ਪ੍ਰਿਆ ਬਚਨ ਤੁਹਾਰੇ। ਵੇਲੇ ਨੂੰ ਵੀ ਅੰਮ੍ਰਿਤ ਆਖਿਆ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਦ੍ਰਿਸ਼ਟ ਨੂੰ ਤੱਕਣੀ ਨੂੰ ਵੀ ਅੰਮ੍ਰਿਤ ਆਖਿਆ, ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾਂ। ਕਿਉਂਕਿ ਪਰਿਭਾਸ਼ਾ ਤਾਂ ਉਹੀ ਹੈ ਨਾ, ਜਿਹਦੇ ਚੋਂ ਜੀਵਨ ਮਿਲਦਾ ਹੈ। ਅੰਮ੍ਰਿਤ ਦਾ ਅਰਥ ਤਾਂ ਇਹੋ ਹੀ ਹੈ, ਜੀਵਨ ਦੇਵੇ। ਕਹਿਣ ਲੱਗੇ, ਅੰਮ੍ਰਿਤ ਦ੍ਰਿਸ਼ਟ ਨਿਮਖ ਇੱਕ ਤੇਰੀ ਨਿਮਖ ਭਰ ਦੀ ਅੰਮ੍ਰਿਤ ਦ੍ਰਿਸ਼ਟੀ ਮਿਲ ਜਾਏ, ਮੈਨੂੰ ਜੀਵਨ ਮਿਲ ਜਾਂਦਾ ਹੈ। ਨਿਮਕ ਭਰਦੀ ਉਧਰ ਵੀ ਆਖ ਦਿੱਤਾ ਨੇ, ਏਕ ਬੂੰਦ ਗੁਰ ਅੰਮ੍ਰਿਤ ਦੀਨੋਂ। ਪੰਜ ਚੁੱਲ੍ਹਿਆਂ ਦੀ ਗੱਲ ਵੀ ਨਹੀਂ ਕੀਤੀ, ਬੂੰਦਾਂ 'ਤੇ ਆਖੜੇ ਹੋਏ ਨੇ। ਫੈਸਲੇ ਬਾਣੀ ਦੇ ਨੇ, ਵਿਚਾਰਨੇ ਹੋਣ। ਇੱਕ ਬੂੰਦ ਦੀ ਗੱਲ ਕਰ ਦਿੱਤੀ ਨੇ, ਇੱਕ ਬੂੰਦ ਅੰਮ੍ਰਿਤ ਦੀ ਦੇ ਦਿੱਤੀ, ਬਸ ਅਮਰ ਹੋ ਗਿਆ, ਜੀਵਨ ਮਿਲ ਗਿਆ। ਇੱਕ ਬੂੰਦ ਗੁਰ ਅੰਮ੍ਰਿਤ ਦੀਨ ਨੂੰ ਤਾਂ ਅਟਲ ਅਮਰ ਨਾਮ ਹੁਆ। ਕਿਹੜੀ ਅਜੀਬ ਗੱਲ ਹੈ, ਗੁਰੂ ਨੇ ਬਾਣੀ ਵਿੱਚ ਆਖਿਆ, ਕੀਰਤਨ ਨੂੰ ਵੀ ਅੰਮ੍ਰਿਤ ਆਖ ਦਿੱਤਾ, ਸ਼ਬਦ ਨੂੰ ਵੀ ਅੰਮ੍ਰਿਤ ਆਖ ਦਿੱਤਾ। ਅੰਮ੍ਰਿਤ ਸ਼ਬਦ
ਪੀਵੇ ਜਨ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ। ਅੰਮ੍ਰਿਤ ਦੇ ਵੱਖ ਵੱਖ ਇੰਨੇ ਨੇਮ, ਔਰ ਕਿਹੜੀ ਅਜੀਬ ਗੱਲ ਹੈ, ਇੰਨੇ ਨੇਮ ਨਾਮ ਲਿਖ ਕੇ ਫਿਰ ਇੱਕ ਗੱਲ ਨਾਲ ਹੋਰ ਕਹਿ ਦਿੱਤੀ, ਨਾਨਕ ਅੰਮ੍ਰਿਤ ਏਕ ਹੈ। ਸਵਾਲ ਤਾਂ ਖੜਾ ਹੋਣਾ, ਛੋਟੀ ਮੱਤ ਵਾਲੇ ਨੇ ਵੱਡੀ ਗੱਲ ਨੂੰ ਕਿਵੇਂ ਸਮਝੇ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਇੰਨੇ ਅੰਮ੍ਰਿਤ ਦੀ ਲਿਸ਼ਟ ਦੇ ਕੇ ਮੁੜ ਕੇ ਆਖਦੇ ਹੋ ਨਾਨਕ ਅੰਮ੍ਰਿਤ ਏਕ ਹੈ, ਇਹ ਵੀ ਆਖਦੇ ਹੋ ਦੂਜਾ ਅੰਮ੍ਰਿਤ ਨਾ ਹੈ, ਹੋਰ ਕੋਈ ਦੂਜਾ ਅੰਮ੍ਰਿਤ ਹੋ ਹੀ ਨਹੀਂ ਸਕਦਾ। ਰੁਕਣਾ ਚਾਹੁੰਦਾ, ਕੋਈ ਦੂਜਾ ਅੰਮ੍ਰਿਤ ਹੋ ਹੀ ਨਹੀਂ ਸਕਦਾ। ਕੁਛ ਲੋਕ ਇਸੇ ਗੱਲ ਤੋਂ ਸ਼ੰਕਾ ਤੇ ਕਿਆਫੇ ਨਾਲ ਫਾਇਦਾ ਉਠਾਉਂਦੇ ਹੋਏ ਸਵਾਲ ਵੀ ਖੜਾ ਕਰ ਦਿੰਦੇ ਨੇ, ਕਹਿੰਦੇ ਨਹੀਂ ਜੀ, ਜੇ ਇੱਕੋ ਹੀ ਅੰਮ੍ਰਿਤ ਹੈ, ਦੂਜਾ ਅੰਮ੍ਰਿਤ ਹੈ ਹੀ ਨਹੀਂ, ਤੇ ਫਿਰ ਦੱਸੋ ਉਹ ਇੱਕ ਕਿਹੜਾ ਹੈ। ਕਿਉਂਕਿ ਵਾਰ ਵਾਰ ਇਹ ਆਖਿਆ ਜਾਂਦਾ ਹੈ ਖੰਡੇ ਦਾ ਅੰਮ੍ਰਿਤ, ਖੰਡੇ ਦਾ ਅੰਮ੍ਰਿਤ। ਦੇਖਿਓ ਕੁਝ ਗਲਤੀਆਂ ਅਸੀਂ ਆਪ ਕਰਦੇ ਚਲੇ ਜਾ ਰਹੇ ਹਾਂ, ਤੇ ਉਸ ਜਾਲ ਵਿੱਚ, ਆਪਣੇ ਬੁਣੇ ਜਾਲ ਵਿੱਚ ਆਪੇ ਫਸ ਰਹੇ ਹਾਂ, ਜਿਵੇਂ ਮੱਕੜੀ ਆਪੇ ਹੀ ਜਾਲਾ ਬੁਣਦੀ ਹੈ, ਤੇ ਆਪ ਹੀ ਉਸ ਵਿੱਚ ਫਿਰ ਉਲਝਦੀ ਹੈ। ਖੰਡੇ ਦਾ ਅੰਮ੍ਰਿਤ ਆਸ ਸਿੱਖ ਰਹਿਤ ਮਰਿਆਦਾ ਦੇ ਨਾਮ ਥੱਲੇ ਕੁਝ ਫੈਸਲੇ ਲਿਖਣ ਵਾਲਿਆਂ ਨੇ ਮੁੱਢਲੇ ਰੂਪ ਵਿੱਚ ਕੁਝ ਗਲਤੀਆਂ ਕੀਤੀਆਂ। ਸਭ ਤੋਂ ਪਹਿਲਾਂ ਜਿਹੜਾ ਫੈਸਲਾ ਹੈ ਉਹ ਹੈ ਸਿੱਖ ਦੀ ਤਾਰੀਫ, ਜਿੱਥੋਂ ਸਿੱਖ ਰਹਿਤ ਮਰਿਆਦਾ ਸ਼ੁਰੂ ਹੁੰਦੀ ਹੈ ਨਾ, ਪਹਿਲਾ ਪੈਰਾ ਹੈ ਸਿੱਖ ਦੀ ਤਾਰੀਫ। ਉਹਦੇ ਵਿੱਚ ਪਹਿਲੀ ਗਲਤੀ ਕਿ 10 ਗੁਰੂ ਲਫ਼ਜ਼ ਵਰਤਿਆ ਗਿਆ। ਗੁਰਬਾਣੀ ਤੋਂ ਵੱਖ ਦੂਰ ਬੜੇ ਢੰਗ ਨਾਲ ਕੀਤਾ ਗਿਆ ਹੈ, ਗੁਰਬਾਣੀ ਨਾਲ, ਗੁਰਬਾਣੀ ਦੇ ਫੈਸਲਿਆਂ ਨਾਲ ਸਾਡਾ ਸੰਬੰਧ ਨਹੀਂ ਜੋੜਿਆ ਗਿਆ। ਦਸਾਂ ਗੁਰੂਆਂ ਦੀ ਬਾਣੀ, ਪਹਿਲੇ ਤਾਂ ਗੁਰਬਾਣੀ ਇਹ ਨਹੀਂ ਮੰਨਦੀ ਕਿ ਸਾਡੇ 10 ਗੁਰੂ ਨੇ। ਗੁਰਬਾਣੀ ਦਾ ਕੰਸੈਪਟ ਹੈ ਇੱਕ ਗੁਰੂ ਹੈ, ਉਹ ਹੈ ਸ਼ਬਦ ਜੋਤ। 10 ਜਾਮੇ ਹਨ ਜਿਨ੍ਹਾਂ ਦੇ ਵਿੱਚੋਂ ਲੰਘ ਰਹੀ ਹੈ, ਕਹਿ ਰਹੇ ਨੇ ਜੋਤ ਉਹ ਜੁਗਤ ਸਾਏ
ਸਤਾਇਆ ਫੇਰ ਪਲਟੀ ਹੈ, ਕਾਇਆ ਪਲਟਦੀ ਹੈ। ਮੈਂ ਅੱਗੇ ਇਸ ਟੋਪਿਕ ਨੂੰ ਕੁਝ ਤੁਹਾਡੇ ਨਾਲ ਸਾਂਝਾ ਕਰ ਗਿਆ ਹੋਇਆ, ਮੈਂ ਇਸ ਲਈ ਇਸ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਦਸ ਗੁਰੂ ਨੇ, ਗੁਰੂ ਇੱਕੋ ਹੈ, ਜੋਤ। ਜਿੰਨੀ ਦੇਰ ਉਹ ਕਿਸੇ ਜਾਮੇ ਵਿੱਚ ਨਹੀਂ ਟਿਕੀ, ਪ੍ਰਵੇਸ਼ ਨਹੀਂ ਕੀਤਾ, ਉਨੀ ਦੇਰ ਉਸ ਜਾਮੇ ਦਾ ਨਾਂ ਗੁਰੂ ਨਹੀਂ ਹੋਇਆ, ਉਹਦੇ ਨਾਮ ਨਾਲ ਗੁਰੂ ਨਹੀਂ ਜੁੜਿਆ, ਕਿਉਂਕਿ ਗੁਰੂ ਤਾਂ ਜੋਤ ਸੀ। ਜਦੋਂ ਨਾਨਕ ਪੈਦਾ ਹੋਇਆ ਨਾ, ਬਾਬੇ ਕਾਲੂ ਨੇ ਉਹਦਾ ਨਾਂ ਨਾਨਕ ਰੱਖਿਆ। ਉਹਨੂੰ ਤਾਂ ਪਤਾ ਹੀ ਨਹੀਂ ਸੀ ਗੁਰੂ, ਉਹਨੇ ਨਾਨਕ ਨਾਂ ਰੱਖਿਆ। ਉਹ ਕਾਇਆ ਦਾ ਨਾਂ ਸੀ, ਕਿਉਂਕਿ ਮੈਂ ਤਾਂ ਕਾਲੂ ਦੇ ਘਰ ਤਾਂ ਕਾਇਆ ਹੀ ਪੈਦਾ ਹੋਈ। ਮੇਰੇ ਮਾਤ ਪਿਤਾ ਪਿੰਡ ਘੁਮਾਇਆ, ਉਹਦੇ ਘਰ ਕਾਇਆ ਪੈਦਾ ਹੋਈ, ਉਹਨੇ ਕਾਇਆ ਦਾ ਨਾਂ ਨਾਨਕ ਰੱਖ ਦਿੱਤਾ। ਜਦੋਂ ਜੋਤ ਸਿਧਾਂਤ ਰੂਪ, ਰੱਬੀ ਸਿਧਾਂਤ ਰੂਪ ਜੋਤ ਅੰਦਰ ਪ੍ਰਵੇਸ਼ ਕੀਤੀ, ਉਹ ਸੀ ਗੁਰੂ। ਹੁਣ ਕਾਇਆ ਦੇ ਨਾਲ ਗੁਰੂ ਲਫਜ਼ ਜੁੜ ਗਿਆ ਅਤੇ ਉਹ ਬਣ ਗਿਆ ਗੁਰੂ ਨਾਨਕ। ਗੁਰੂ ਲਫਜ਼ ਵੱਖਰਾ ਹੈ, ਨਾਨਕ ਪਹਿਲਾਂ ਜਨਮਿਆ, ਗੁਰੂ ਬਾਅਦ ਬਣਿਆ। ਚਲੋ ਮੈਂ ਵਿਸਥਾਰ ਵਿੱਚ ਨਾ ਵਾਂ, ਅੱਗੇ ਚੱਲਾਂ। ਗੁਰੂ ਅਰਜਨ ਸਾਹਿਬ ਦੇ ਵੇਲੇ ਤਾਂ ਸਵਈਆਂ ਵਿੱਚ ਇਹ ਲਫਜ਼ ਆ ਗਏ, ਇੱਥੋਂ ਤੱਕ ਕਹਿ ਦਿੱਤਾ। ਰਾਮਦਾਸ ਗੁਰੂ, ਉਹ ਗੁਰੂ ਨੇ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ। ਦੇਖੋ, ਰਾਮਦਾਸ ਨਾਲ ਗੁਰੂ ਲਫਜ਼ ਵਰਤਿਆ ਹੈ, ਅਰਜਨ ਨਾਲ ਨਹੀਂ ਵਰਤ ਰਿਹਾ, ਕਿੱਡੀ ਗਹਿਰਾਈ ਹੈ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਇ ਤਰੀ। ਉੱਥੇ ਹੀ ਇਕੱਲਾ ਅਰਜਨ, ਕਿਉਂ? ਅਰਜਨ ਵਿੱਚ ਜੋਤ ਗਈ ਹੈ, ਜੋਤ ਵੱਖਰੀ ਚੀਜ਼ ਹੈ, ਅਰਜਨ ਕਾਇਆ ਦਾ ਨਾਂ ਹੈ। ਜਦੋਂ ਤੱਕ ਜੋਤ ਨਹੀਂ ਸੀ ਗਈ, ਉਦੋਂ ਗੁਰੂ ਅਰਜਨ ਨੂੰ ਕੀ ਆਖਦੇ ਸਨ? ਅਰਜਨ, ਕਿਉਂਕਿ ਕਾਇਆ ਦਾ ਨਾਂ ਸੀ। ਅਰਜਨ ਤਾਂ ਉਦੋਂ ਵੀ ਆਖਦੇ ਸਨ, ਲੇਕਿਨ ਉਦੋਂ ਗੁਰੂ ਅਰਜਨ ਨਹੀਂ ਸਨ ਕਹਿੰਦੇ। ਜਦੋਂ ਜੋਤ ਪ੍ਰਵੇਸ਼ ਕੀਤੀ, ਉਦੋਂ ਗੁਰੂ ਅਰਜਨ ਹੋਏ। ਤਾਂ ਮੈਂ ਖੈਰ ਵਿਸਥਾਰ ਵਿੱਚ ਨਾ ਜਾਵਾਂ। ਦਸ ਗੁਰੂ ਨਹੀਂ ਹੋ ਸਕਦੇ, ਕਿਉਂਕਿ ਜੋਤ ਇੱਕ ਹੈ। ਇੱਥੇ ਪਹਿਲੀ ਗਲਤੀ ਹੋਈ ਕਿ ਦਸ ਗੁਰੂ ਲਿਖ ਦਿੱਤਾ ਗਿਆ, ਜਿਹੜਾ ਗੁਰਮਤਿ ਦੀ ਕਸਵੱਟੀ 'ਤੇ ਪੂਰਾ ਨਹੀਂ ਉਤਰਦਾ। ਦਸਾਂ ਗੁਰੂਆਂ ਦੀ ਬਾਣੀ, ਅਤੇ ਜੇ ਦਸਾਂ ਦੀ ਮਿਣਤੀ ਹੋਵੇ ਤਾਂ ਫਿਰ ਛੇ ਗੁਰੂਆਂ ਦੀ ਬਾਣੀ ਬਣਦੀ, ਦਸਾਂ ਦੀ ਫਿਰ ਵੀ ਨਹੀਂ ਬਣਦੀ, ਜੇ ਉਹਨੂੰ ਵੱਖ ਵੱਖ ਕਰ ਦਿਓ। ਚਲੋ, ਅਗਲੀ ਗਲਤੀ
ਕੇ ਲਫ਼ਜ਼ ਲਿਖ ਦਿੱਤਾ ਦਸ਼ਮੇਸ਼ ਜੀ ਦਾ ਅੰਮ੍ਰਿਤ, ਖੰਡੇ ਦਾ ਅੰਮ੍ਰਿਤ। ਉਹਦਾ ਨਤੀਜਾ ਹੀ ਨਿਕਲਿਆ। ਇਹਦਾ ਮਤਲਬ ਨੌਵੇਂ ਪਾਤਸ਼ਾਹ ਤੱਕ ਦੇ ਅੰਮ੍ਰਿਤ ਨਾਲ ਕੋਈ ਸੰਬੰਧ ਨਾ ਰਿਹਾ। ਜੇ ਬਾਣੀ ਅੰਮ੍ਰਿਤ ਹੈ ਤਾਂ ਉਹ ਤਾਂ ਨੌਵੇਂ ਪਾਤਸ਼ਾਹ ਤੱਕ ਹੈ। ਇੱਥੇ ਦਸ਼ਮੇਸ਼ ਦਾ ਅੰਮ੍ਰਿਤ ਲਿਖ ਦਿੱਤਾ ਗਿਆ, ਦਸਵੇਂ ਪਾਤਸ਼ਾਹ ਦਾ ਅੰਮ੍ਰਿਤ, ਫਿਰ ਬਾਣੀ ਅੰਮ੍ਰਿਤ ਨਹੀਂ ਹੋ ਸਕਦਾ। ਉੱਥੇ ਤਾਂ ਖੰਡੇ ਦੇ ਅੰਮ੍ਰਿਤ ਦਾ ਮਸਲਾ ਆ ਕੇ ਲੋਕ ਇੱਥੇ ਸ਼ੁਰੂ ਕਰਨਾ ਚਾਹੁੰਦੇ। ਉਹਦਾ ਨਤੀਜਾ ਨਿਕਲਿਆ, ਕੁਛ ਲੋਕਾਂ ਨੇ ਕਿਆਫੇ ਨਾਲ ਇੱਕ ਸਵਾਲ ਖੜਾ ਕਰ ਦਿੱਤਾ, ਜੇ ਸਾਨੂੰ ਦੱਸੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਜਵਾਬ ਦੇਣਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਹੀ ਕੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਾ, ਸਾਡਾ ਹੋਰ ਕੋਈ ਗੁਰੂ ਨਹੀਂ, ਖੰਡੇ ਦੇ ਅੰਮ੍ਰਿਤ ਦਾ ਤਾਂ ਜ਼ਿਕਰ ਹੀ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਦੂਜੀ ਗੱਲ ਤੁਹਾਨੂੰ ਕੀ ਜਵਾਬ ਦਿਓਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਕੋਈ ਨਹੀਂ। ਇਹ ਲਫ਼ਜ਼ ਲਿਆ ਗਿਆ ਭਾਈ ਗੁਰਦਾਸ ਦੂਜੇ ਤੋਂ, ਜਿੱਤਣ ਨਾਟਕ ਵਿੱਚ ਵੀ ਕੋਈ ਨਹੀਂ, ਭਾਈ ਗੁਰਦਾਸ ਦੂਜੇ ਕੋਲੋਂ ਇਹ ਲਫ਼ਜ਼ ਲਿਖਿਆ ਗਿਆ, ਜਿਹਨੇ ਆਖ ਦਿੱਤਾ ਪੀਓ ਪਾਹਲ ਖੰਡ ਧਾਰ ਹੋ ਜਨਮ ਸੁਹੇਲਾ। ਉੱਥੋਂ ਇਹ ਲਫ਼ਜ਼ ਲੈ ਕੇ ਸੰਬੰਧਿਤ ਕਰ ਦਿੱਤਾ ਖੰਡੇ ਦਾ ਅੰਮ੍ਰਿਤ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਉਹਨਾਂ ਦਾ ਸਵਾਲ ਬੜਾ ਜਾਇਜ਼ ਅਤੇ ਸਾਨੂੰ ਲਾਜਵਾਬ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਕੋਈ ਨਹੀਂ, ਅਤੇ ਜੇ ਇਹਦਾ ਨਾਮ ਅਸੀਂ ਤਾਂ ਗੁਰੂ ਨੇ ਤਾਂ ਇਹਦਾ ਨਾਮ ਖੰਡੇ ਦਾ ਅੰਮ੍ਰਿਤ ਰੱਖਿਆ ਹੀ ਨਹੀਂ। ਦੂਜੇ ਭਾਈ ਗੁਰਦਾਸ ਕੋਲੋਂ ਲਿਆ ਗਿਆ, ਅਤੇ ਜੇ ਅਸੀਂ ਗੁਰੂ ਨਾਨਕ ਤੋਂ ਚੱਲਦਾ ਹੋਇਆ ਨਾਮ ਅੰਮ੍ਰਿਤ ਦਾ ਬਾਣੀ ਅੰਮ੍ਰਿਤ ਰੱਖ ਦਿੰਦੇ ਤਾਂ ਕੋਈ ਕਹਿ ਸਕਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਅੰਮ੍ਰਿਤ ਦਾ ਤਾਂ ਨਾ ਹੀ ਕੋਈ ਨਹੀਂ। ਭਾਵੇਂ ਖੰਡੇ ਦੀ ਵਰਤੋਂ ਤੋਂ ਮੈਂ ਤੁਹਾਨੂੰ ਮਨਾ ਹੀ ਨਹੀਂ ਕਰ ਰਿਹਾ, ਵਸਤੂਆਂ ਨੇ, ਵਸਤੂਆਂ ਦੀ ਲੋੜ ਹੈ, ਵਸਤੂਆਂ ਹੋਵੇ ਵਰਤੋਂ, ਵਸਤੂਆਂ ਸਥੂਲ ਨੇ, ਖੰਡਾ ਵੀ ਸਥੂਲ ਹੈ, ਬਾਟਾ ਵੀ ਸਥੂਲ ਹੈ, ਪਾਣੀ ਵੀ ਸਥੂਲ ਹੈ, ਪਤਾਸੇ ਵੀ ਸਥੂਲ ਨੇ, ਬਲਕਿ ਇਹ ਹਮੇਸ਼ਾ ਬਦਲਦੇ ਰਹਿੰਦੇ ਨੇ। ਖੰਡਾ ਹਮੇਸ਼ਾ ਇੱਕੋ ਥੋੜ੍ਹਾ ਹੁੰਦਾ, ਖੰਡੇ ਦਾ ਸਾਈਜ਼ ਇੱਕੋ ਥੋੜ੍ਹਾ ਹੁੰਦਾ, ਬਲਕਿ ਅੱਜ ਹੀ ਕਿਸੇ ਦੀ ਜਿਸਦਾ ਰਹਿਤ ਨਾਮ ਹੈ ਛਿੱਬਰ ਸਾਹਿਬ, ਉਹਨੇ ਉੱਥੇ ਖੰਡਾ ਨਹੀਂ ਲਿਖਿਆ, ਉਹਨੇ ਉੱਥੇ ਕਰਦ ਲਿਖਿਆ, ਕਰਦ। ਅਤੇ ਅੱਜ ਜਿਹੜਾ ਤੁਹਾਡੇ ਨਜ਼ਦੀਕ ਤਖ਼ਤ ਹੈ ਨਾ, ਜਿਹੜਾ ਹੁਕਮਨਾਮੇ ਭੇਜਦਾ ਕੀਰਤਨ ਨਹੀਂ ਸੁਣਨਾ, ਉਹ
ਉੱਥੇ ਖੰਡੇ ਦਾ ਅੰਮ੍ਰਿਤ ਛਕਾਇਆ ਜਾਂਦਾ ਅਤੇ ਉਹ ਵੀ ਵੱਖਰੀ ਕਿਸਮ ਦਾ। ਇਹ ਪੰਜ ਬਾਣੀਆਂ ਜਿਹੜੀਆਂ ਸਾਨੂੰ ਕਹਿੰਦੇ ਨੇ ਉਹ ਵੀ ਨਹੀਂ ਪੜ੍ਹਦੇ, ਉਹ ਸੱਤ ਅੱਠ ਬਾਣੀਆਂ ਪੜ੍ਹਦੇ ਨੇ। ਇੱਥੇ ਬਸ ਲਈ ਉਹ ਬੀਬੀਆਂ ਨੂੰ ਅੰਮ੍ਰਿਤ ਨਾਲ ਨਹੀਂ ਛਪਾਉਂਦੇ, ਉਹ ਕਹਿੰਦੇ ਨੇ ਇਹਨਾਂ ਨੂੰ ਕੋਈ ਹੱਕ ਨਹੀਂ ਅੰਮ੍ਰਿਤ ਛਕਾਉਣ ਦਾ। ਬੀਬੀਆਂ ਨੂੰ ਅੰਮ੍ਰਿਤ ਵੱਖਰਾ ਛਕਾਉਂਦੇ ਨੇ ਇੱਕੋ ਜਪਜੀ ਸਾਹਿਬ ਦਾ ਪਾਠ ਕਰਕੇ ਅਤੇ ਕਿਰਪਾਨ ਨਾਲ ਤਿਆਰ ਕਰਕੇ ਇੱਕ ਹੀ ਸਿੰਘ ਛਕਾਉਂਦੇ। ਹੁਣ ਦੇਖਣਾ ਇਹ ਹੈ ਕਿ ਪਤਾਸੇ ਤਾਂ ਬਦਲ ਜਾਣਗੇ, ਹਰ ਵਾਰੀ ਬਦਲ ਜਾਣਗੇ, ਸਥੂਲ ਕਦੇ ਕਿਸੇ ਦੁਕਾਨ ਤੋਂ ਕਦੇ ਕਿਸੇ ਦੁਕਾਨ ਤੋਂ, ਪਾਣੀ ਕਦੇ ਕਿਸੇ ਦਰਿਆ ਤੋਂ ਕਦੇ ਕਿਸੇ ਖੂਹ ਤੋਂ, ਵੱਖ ਵੱਖ ਕਦੇ ਕਿਸੇ ਨਲਕੇ ਦਾ, ਬਾਟਾ ਵੀ ਕਦੇ ਛੋਟਾ ਕਦੇ ਵੱਡਾ, ਸਾਈਜ਼ ਬਦਲ ਗਿਆ। ਕਿਹੜੀ ਅਜੀਬ ਗੱਲ ਹੈ, ਸਭ ਚੀਜ਼ਾਂ ਸਥੂਲ ਨੇ ਅਤੇ ਬਦਲ ਰਹੀਆਂ ਨੇ, ਕੋਈ ਜਪਜੀ ਸਾਹਿਬ ਵੀ ਹਰ ਵਾਰੀ ਬਦਲਦਾ। ਦੱਸੋ ਹੈ ਵੀ ਸੂਖਸ਼ਮ, ਸ਼ਬਦ ਸੂਖਸ਼ਮ ਹੈ, ਸ਼ਬਦ ਜਿਹੜਾ ਸਥੂਲ ਨਹੀਂ। ਮੈਂ ਇੱਕ ਵਾਰ ਕੀ ਅਰਜ਼ ਕੀਤੀ ਸੀ ਨਾ ਵੀ ਮੈਂ ਬੋਲਣਾ ਤੁਹਾਡੇ ਤੱਕ ਪਹੁੰਚ ਰਿਹਾ, ਕੈਮਰੇ ਲੱਗੇ ਹੋਏ ਨੇ, ਆਖੋ ਭਲਾ ਫੋਟੋ ਖਿੱਚ ਲਵੇ ਕਿਸੇ ਸ਼ਬਦ ਦੀ, ਮੇਰੇ ਕੋਲ ਤੁਹਾਡੇ ਤੱਕ ਜਾਂਦਿਆਂ ਦੀ ਮੂਵੀ ਬਣਾ ਲਵੇ, ਨਹੀਂ ਬਣ ਕਿ ਸੂਖਸ਼ਮ ਹੈ ਸਥੂਲ ਨਹੀਂ। ਅਤੇ ਸਿੱਖ ਨੂੰ ਸੂਖਸ਼ਮ ਦਾ ਪਜਾ, ਬੜੀ ਲੰਬਾ ਜਿਹਾ ਸਬਜੈਕਟ ਹੈ, ਮੈਂ ਕਿੱਥੋਂ ਤੱਕ ਜਾਵਾਂ। ਕੱਲ੍ਹ ਵੀ ਗੱਲ ਚੱਲੀ ਸੀ ਵੀਰ ਨਾਲ ਕਿ ਨਿਰਗੁਣ ਅਤੇ ਸਰਗੁਣ 'ਚ ਫਰਕ ਕੀ ਹੈ। ਗੁਰਮਤਿ ਵਿੱਚ ਨਿਰਗੁਣ ਦੀ ਪੂਜਾ ਹੈ, ਭਗਤਾਂ ਵਿੱਚ ਪਹਿਲਾਂ ਸਰਗੁਣ ਦੀ ਪੂਜਾ ਸ਼ੁਰੂ ਹੋਈ ਹੈ, ਫਿਰ ਨਿਰਗੁਣ ਵਾਲੇ ਪਾਸੇ ਆਏ ਨੇ। ਇਹ ਲੰਬਾ ਇਤਿਹਾਸ ਹੈ, ਮੈਂ ਅੱਜ ਇਸ ਵਿਸਥਾਰ ਵਿੱਚ ਨਹੀਂ ਜਾ ਸਕਦਾ। ਹੁਣ ਦਾ ਕਾਰਨ ਕੀ ਹੈ, ਕਿਉਂਕਿ ਸੂਖਸ਼ਮ ਹੈ ਅਤੇ ਗੁਰੂ ਦਾ ਹੁਕਮ ਹੈ ਸੂਖਸ਼ਮ ਨੂੰ ਪੂਜਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਨੇ। ਤਦੋਂ ਆਕਾਸ਼ ਨਾ ਪਤਾਲ ਹੈ ਨਾ ਤ੍ਰੈ ਲੋਈ, ਉਹ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ। ਜਿੰਨੇ ਸਥੂਲ ਨੇ ਭਾਵੇਂ ਉਹ ਅਵਤਾਰ ਨੇ, ਉਹ ਆਉਂਦੇ ਨਿਚਲੇ ਜਾਂਦੇ ਨੇ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਬਾੜ ਪਸਰੇ ਉਹ ਪਸਾਰ, ਪਰ ਸਦਾ ਸਦਾ ਇੱਕ ਏਕੰਕਾਰ ਸਥੂਲ ਨਹੀਂ। ਸਥੂਲ ਕਦੇ ਹਮੇਸ਼ਾ ਨਹੀਂ ਰਹਿ ਸਕਦਾ, ਸਥੂਲ ਬਦਲੇਗਾ, ਸਥੂਲ ਮਰੇਗਾ ਉਹ ਜਿਉਂਦਾ ਨਹੀਂ ਰਹਿ ਸਕਦਾ। ਜੋ ਦੀਸ ਹੈ ਸੋ ਸਗਲ ਵਿਨਾਸੇ। ਇਸ ਲਈ ਗੁਰੂ ਸਾਨੂੰ ਸੂਖਸ਼ਮ ਨਾਲ ਜੋੜ ਰਿਹਾ ਹੈ, ਪਰ ਇੱਥੇ ਖੰਡੇ ਦਾ ਅੰਮ੍ਰਿਤ ਆਖ ਕੇ ਸਾਨੂੰ ਸੂਖਸ਼ਮ ਨਾਲੋਂ, ਬਾਣੀ ਅੰਮ੍ਰਿਤ ਦੇ ਲਫਜ਼ ਨਾਲੋਂ ਤੋੜ ਕੇ ਸਥੂਲ ਨਾਲ ਜੋੜਿਆ ਜਾ ਰਿਹਾ ਹੈ। ਚੀਜ਼ਾਂ ਵਰਤੋ, ਸਥੂਲ ਕੋਈ ਅਰਗ ਨਹੀਂ, ਪਰ ਅੰਮ੍ਰਿਤ ਬਾਣੀ ਬਿਨਾਂ ਨਹੀਂ। ਇਸ ਲਈ ਇਸਦਾ ਨਾਮ ਬਾਣੀ ਅੰਮ੍ਰਿਤ ਹੈ। ਅਤੇ ਜਦੋਂ ਅਸੀਂ ਆਖਾਂਗੇ ਨਾ ਸਾਡਾ ਬਾਣੀ ਅੰਮ੍ਰਿਤ ਹੈ, ਕੋਈ ਨਹੀਂ ਆਖ ਸਕੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਇਹਦਾ ਨਾਂ ਹੀ ਕੋਈ ਨਹੀਂ, ਉਹਦਾ ਸਵਾਲ ਹੀ ਖਤਮ ਹੋ ਜਾਏਗਾ। ਜਿਸ ਦਿਨ ਆਖੋਗੇ ਨਾ ਬਾਣੀ ਅੰਮ੍ਰਿਤ ਹੈ, ਖੰਡੇ ਦਾ ਅੰਮ੍ਰਿਤ ਆਖੋਗੇ, ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਏਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਹੀਂ, ਹੈ ਕਿ ਨਹੀਂ।
ਜੇ ਬਾਣੀ ਅੰਮ੍ਰਿਤ ਆਖੋਗੇ ਉਹਦੇ ਕੋਲ ਕੋਈ ਜਵਾਬ ਨਹੀਂ ਰਹੇਗਾ, ਕਿਉਂਕਿ ਬਾਣੀ ਅੰਮ੍ਰਿਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥਾਂ ਥਾਂ ਹੈ। ਅੰਮ੍ਰਿਤ ਬਚਨ ਸਤਿਗੁਰ ਦੀ ਬਾਣੀ, ਜੋ ਬੋਲੇ ਸੋ ਮੁੱਖ ਅੰਮ੍ਰਿਤ ਪਾਵੇ, ਪੀਰੀਆ ਅੰਮ੍ਰਿਤ ਜਿਸ ਦਿਨ, ਉਸ ਦਿਨ ਅੰਮ੍ਰਿਤ ਧਾਰੀ ਹੋ ਗਿਆ ਜਦੋਂ ਬਾਣੀ ਉਸਨੇ ਹਿਰਦੇ ਵਿੱਚ ਵਸਾ ਲਈ, ਬਾਣੀ ਅੰਦਰ ਚਲੀ ਗਈ। ਅਤੇ ਜਦੋਂ ਅਸੀਂ ਬਾਣੀ ਨੂੰ ਅੰਮ੍ਰਿਤ ਆਖਾਂਗੇ, ਬਾਣੀ ਹੈ ਕਿ ਸਿਧਾਂਤ, ਰਵੀ ਸਿਧਾਂਤ, ਉਸ ਸਿਧਾਂਤ ਅਨੁਸਾਰ ਅੱਖਾਂ ਦੀ ਦ੍ਰਿਸ਼ਟੀ ਹੋ ਜਾਏ, ਦ੍ਰਿਸ਼ਟੀ ਅੰਮ੍ਰਿਤ ਹੋ ਜਾਂਦੀ ਹੈ। ਉਸ ਸਿਧਾਂਤ ਅਨੁਸਾਰ ਮਨੁੱਖ ਦੇ ਬੋਲ ਹੋ ਜਾਣ, ਬੋਲ ਅੰਮ੍ਰਿਤ ਹੋ ਜਾਂਦੇ ਨੇ। ਇਉਂ ਹਰ ਇੱਕ ਚੀਜ਼ ਜਿਹੜੀ ਹੈ ਉਸ ਅੰਮ੍ਰਿਤ ਦਾ ਰੂਪ ਹੋ ਜਾਂਦੀ ਹੈ। ਇਸ ਲਈ ਇੰਨੇ ਅੰਮ੍ਰਿਤ ਦੇ ਨਾਮ ਲੈ ਕੇ ਗੁਰੂ ਨੇ ਇੱਕ ਫੈਸਲਾ, ਬੜਾ ਸ਼ਕਾਰਤ ਫੈਸਲਾ ਦਿੱਤਾ ਅਤੇ ਕਹਿਣ ਲੱਗੇ ਨਾਨਕ ਅੰਮ੍ਰਿਤ ਏਕ ਹੈ। ਇੰਨੇ ਵੱਡੇ ਅੰਮ੍ਰਿਤ ਨੂੰ ਸਮਝਣ ਵਾਲਾ ਅਤੇ ਅੰਮ੍ਰਿਤ ਦੀ ਦਾਤ ਝੋਲੀ ਪਾਉਣ ਵਾਲਾ, ਜ਼ਰਾ ਸੋਚਿਓ ਉਸ ਸਾਡੇ ਨਾਲ ਕਿੰਨੀ ਜ਼ਿਆਦਤੀ, ਕਿੰਨਾ ਜ਼ੁਲਮ ਹੋਇਆ ਹੈ ਹਰ ਪਾਸਿਓਂ। ਮੈਂ ਤੁਹਾਡੇ ਨਾਲ ਸਾਂਝਾ, ਉਹ ਮੇਰੇ ਕੋਲ ਆਖਰੀ ਸਵਾਗਮ ਹੈ ਇਸ ਵਾਰ ਦਾ, ਅਤੇ ਮੈਂ ਚਾਹੁੰਦਾ ਕੁਝ ਗੱਲਾਂ ਸਾਂਝੀਆਂ ਕਰ ਜਾਵਾਂ। ਕਿਹੜਾ ਜ਼ੁਲਮ ਹੋਇਆ ਹੈ, ਗੁਰੂ ਦੇ ਨਾਮ ਦੀ ਕਿੱਡੀ ਬੇਅਦਬੀ ਹੋਈ ਹੈ। ਇਹ ਸਾਰੀ ਗੱਲ ਨੂੰ ਸਮਝਣ ਵਾਲਾ ਕਿ ਗੁਰੂ ਦਸਮ ਪਾਤਸ਼ਾਹ ਜੀ ਨੂੰ ਬਾਕੀ ਨੌਵਾਂ ਗੁਰੂਆਂ ਨਾਲੋਂ ਵੱਖ ਕਰ ਦਿਓਗੀ, ਇਹੀ ਤਾਂ ਚਾਲ ਚੱਲੀ ਜਾ ਰਹੀ ਹੈ। ਕਹਿ ਕੇ ਦਸਵੇਂ ਪਾਤਸ਼ਾਹ ਦਾ ਅੰਮ੍ਰਿਤ, ਦਸ਼ਮੇਸ਼ ਦਾ ਅੰਮ੍ਰਿਤ, ਹੈਂ, ਉਸ ਅੰਮ੍ਰਿਤ ਨਾਲ ਬਾਕੀ ਪਾਤਸ਼ਾਹੀਆਂ ਸੰਬੰਧ ਨਹੀਂ ਰੱਖਦੀਆਂ। ਦਸਵੇਂ ਪਾਤਸ਼ਾਹ ਵੱਖਰੇ ਕਰ ਦਿੱਤੇ, ਗੁਰੂ ਗੁਰੂ ਨਾਲੋਂ ਵੱਖ ਕਰ ਦਿੱਤਾ, ਜੋਤ ਜੋਤ ਨਾਲੋਂ ਵੱਖ ਕਰ ਦਿੱਤੀ। ਸੋਚੋ ਸਮਝਣ ਵਾਲੇ, ਭਲਾ ਗੁਰੂ ਅੰਮ੍ਰਿਤ ਦੀ ਪਰਿਭਾਸ਼ਾ ਨਹੀਂ ਜਾਣਦੇ? ਮੈਂ ਇੱਥੇ ਰੁਕਣਾ ਚਾਹੁੰਦਾ। ਲਫ਼ਜ਼ ਆਏ ਸਨ ਮਾਤੋ ਹਰ ਰੰਗ ਮਾਤੋ ਓਹੀ ਪੀਓ। ਮੇਰੇ ਕੋਲ ਮਸਤੀ ਹੈ, ਮੈਂ ਅੰਮ੍ਰਿਤ ਪੀਤਾ ਹੈ, ਬਾਜ਼ਾਰੋਂ ਮੁੱਲ ਲੈ ਕੇ ਨਹੀਂ ਪੀਤਾ। ਓਹੀ ਪੀਓ ਓਹੀ ਖੀਓ, ਕਿਹੜਾ ਗੁਰੇ ਦਿਓ ਗੁਰੇ ਦਿਓ, ਅੰਮ੍ਰਿਤ ਪੀਆ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨ ਜਾਣਾ ਦੂਆ ਤੀਆ, ਓਹੀ ਪੀਓ ਓਹੀ ਖੀਓ, ਗੁਰੇ ਦਿਓ ਦਾਨ ਕੀਓ। ਗੁਰੂ ਨੇ ਦਿੱਤਾ ਤੇ ਦਿੱਤਾ ਦਾਨ ਵਿੱਚ, ਰਹਿਮਤ ਵਿੱਚ, ਬਖਸ਼ਿਸ਼ ਵਿੱਚ। ਅਸੀਂ ਕਹਾਣੀਆਂ ਬੜੀਆਂ ਘੜੀਆਂ,
ਭਾਈ ਦਇਆ ਸਿੰਘ ਤੇ ਵੀ ਧੋਮਤ ਲਾ ਦਿੱਤੀ, ਉਹਨੂੰ ਵੀ ਹੰਕਾਰ ਆ ਗਿਆ, ਮੈਂ ਸੀਸ ਦਿੱਤਾ ਹੈ। ਕੈਸੀਆਂ ਕਹਾਣੀਆਂ ਕਰ ਦਿੱਤੀਆਂ। ਜਦੋਂ ਗੁਰੂ ਨੇ ਆਖਿਆ ਨਾ ਮੈਨੂੰ ਅੰਮ੍ਰਿਤ ਦਿਓ, ਕਹਿਣ ਲੱਗਾ ਜੀ ਅਸੀਂ ਸੀਸ ਦਿੱਤਾ, ਐਵੇਂ ਨਹੀਂ ਲਿਆ, ਹੰਕਾਰ ਨਹੀਂ। ਇੱਧਰ ਤਾਂ ਗੁਰੂ ਕਹਿੰਦਾ ਸੀਸ ਦੇਣ ਦਾ ਮਤਲਬ ਹੀ ਆਪਣੀ ਹੋਵੇ ਛੱਡਣੀ ਹੈ, ਆਪਣਾ ਆਪ ਤਿਆਗ ਲੈ। ਪੂਰਾ ਸਤਿਗੁਰ ਜੀ ਮਿਲੇ ਤੇ ਉਸਨੂੰ ਸਿਰ ਸੌਂਪਿਆ ਹੈ, ਅੱਗੇ ਕੀ ਹੈ? ਵਿੱਚੋਂ ਆਪ ਜਾਏ, ਕਹਿੰਦਾ ਸਿਰ ਸੌਂਪਿਆ ਹੋਇਆ ਜੇ ਆਪ ਹੀ ਨਾ ਜਾਏ। ਆਖ ਰਿਹਾ ਗੁਰੂ ਗੋਬਿੰਦ ਸਿੰਘ, ਅਸੀਂ ਇਹ ਗੱਲ ਕਹਿੰਦੇ ਨਹੀਂ, ਭਾਈ ਦਇਆ ਸਿੰਘ ਆਖ ਰਿਹਾ, ਜਿਹਨੇ ਲਿਖਿਆ ਮੈਂ ਉਹਦੇ ਸੰਬੰਧ ਕਹਿ ਰਿਹਾ, ਬਹੁਤ ਕੁਝ ਲਿਖਿਆ ਗਿਆ, ਮੈਂ ਉਹ ਚੀਜ਼ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਲਿਖਣ ਵਾਲਿਆਂ ਨੇ ਸਾਡੀ ਝੋਲੀ ਕੀ ਪਾਇਆ ਹੈ। ਸਾਡੇ ਸਾਹਮਣੇ ਇਤਿਹਾਸ ਹੈ ਬਚਿੱਤਰ ਸਿੰਘ ਦਾ ਅਤੇ ਦੁਸ਼ਮਣ ਦੀ ਚੜ੍ਹ ਕੇ ਆਈ ਹੋਈ ਫੌਜ ਦੇ ਹਾਥੀ ਦਾ ਮੁਕਾਬਲਾ। ਬਚਿੱਤਰ ਸਿੰਘ ਅੰਮ੍ਰਿਤਧਾਰੀ ਹੈ ਅਤੇ ਹਾਥੀ ਸ਼ਰਾਬਧਾਰੀ ਹੈ, ਉਹਨੂੰ ਸਾਰੀ ਰਾਤ ਸ਼ਰਾਬ ਪਿਆਈ ਗਈ, ਡਬਲ ਮਸਤੀ, ਸ਼ਕਤੀ ਤਾਕਤ ਜੋਬਣ ਵੀ ਇੱਕ ਮਸਤੀ ਹੁੰਦਾ ਹੈ ਜਿਹੜੀ ਹਾਥੀ ਕੋਲ ਹੈ, ਉੱਤੋਂ ਸ਼ਰਾਬ ਪਿਲਾਈ ਗਈ ਉਹ ਵੀ ਮਸਤੀ ਜਿਹੜੀ ਹਾਥੀ ਕੋਲ ਹੈ, ਅਤੇ ਬਚਿੱਤਰ ਸਿੰਘ ਕੋਲ ਅੰਮ੍ਰਿਤ ਦੀ ਮਸਤੀ। ਮੁਕਾਬਲਾ ਹੋਇਆ, ਮੈਂ ਵਿਸਥਾਰ ਵਿੱਚ ਕੇਵਲ ਦ੍ਰਿਸ਼ਟਾਂਤ ਦੇਣਾ ਚਾਹੁੰਦਾ, ਤੁਸੀਂ ਕੀ ਪੜ੍ਹਦੇ ਹੋ? ਬਚਿੱਤਰ ਸਿੰਘ ਜਿੱਤਿਆ, ਹਾਥੀ ਮੈਦਾਨ ਛੱਡ ਦੌੜਿਆ ਕਿਉਂ? ਕਿਉਂਕਿ ਇੱਥੇ ਬਚਿੱਤਰ ਸਿੰਘ ਇੱਕ ਮਨੁੱਖ ਦਾ ਅਤੇ ਹਾਥੀ ਦਾ ਮੁਕਾਬਲਾ ਨਹੀਂ, ਇਹ ਦੋ ਚੀਜ਼ਾਂ ਦਾ ਮੁਕਾਬਲਾ ਨਹੀਂ, ਤਾਂ ਬਚਿੱਤਰ ਸਿੰਘ ਦਾ ਮੁਕਾਬਲਾ ਹਾਥੀ ਨਾਲ ਕੀ? ਇਸੀ ਦੇ ਮੁਤਾਬਕ ਬਚਿੱਤਰ ਸਿੰਘ ਕੋਈ ਬਹੁਤ ਵੱਡਾ ਪਹਿਲਵਾਨ ਵੀ ਨਹੀਂ ਸੀ, ਸਰੀਰ ਕਰੇ ਵੀ ਤੇ ਵੀ ਬੜਾ ਸਧਾਰਨ ਸੂਖਮ ਸੀ। ਇੱਥੇ ਮਨੁੱਖ ਅਤੇ ਹਾਥੀ ਦਾ ਮੁਕਾਬਲਾ ਨਹੀਂ, ਇੱਥੇ ਤਾਂ ਮੁਕਾਬਲਾ ਸੀ ਸ਼ਰਾਬ ਅਤੇ ਅੰਮ੍ਰਿਤ ਦਾ। ਇਹ ਸਾਬਤ ਕੀਤਾ ਜਾਣਾ ਸੀ, ਇਹ ਬਚਿੱਤਰ ਸਿੰਘ ਹਾਰ ਜਾਂਦਾ, ਲੋਕ ਆਖਦੇ ਅੰਮ੍ਰਿਤ ਹਾਰ ਗਿਆ। ਬਚਿੱਤਰ ਸਿੰਘ ਦੀ ਬਰਕਤ, ਉਹਦੀ ਜਿੱਤ, ਇਹਨੇ ਸਾਬਤ ਕਰ ਦਿੱਤਾ ਕਿ ਹਾਥੀ ਅਤੇ ਹਾਥੀ ਦੀ ਸ਼ਰਾਬ ਦੀ ਮਸਤੀ ਦੋਨੋਂ ਅੰਮ੍ਰਿਤ ਦੇ ਸਾਹਮਣੇ ਹਾਰ ਗਈਆਂ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਅੰਮ੍ਰਿਤ ਝੋਲੀ ਪਾਇਆ ਹੋਵੇ, ਬਾਣੀ ਅੰਮ੍ਰਿਤ ਆਪ ਝੋਲੀ ਪਾਇਆ ਹੋਵੇ, ਇੱਕ ਵੱਖਰਾ ਵਿਸਥਾਰ ਹੈ ਫਿਰ ਇਸ ਵੇਲੇ ਸਹੀ ਵੀ ਕਿਹੜੀਆਂ ਕਿਹੜੀਆਂ ਬਾਣੀਆਂ ਪੜ੍ਹੀਆਂ ਕਿਹੜੀਆਂ ਨਹੀਂ ਪੜ੍ਹੀਆਂ, ਇਹ ਵੀ ਸਭ ਕੁਝ ਪ੍ਰੂਫ ਕੋ ਆ ਗਏ, ਹੁਣ ਪਹਿਲੇ ਨਹੀਂ ਸਨ ਹੁਣ ਆ ਗਏ ਨੇ ਸਾਰੇ। ਪਰ ਚਲੋ ਮੈਂ ਇਸ ਵਿਸਥਾਰ ਵਿੱਚ ਨਾ ਜਾਵਾਂ। ਉਹ ਗੁਰੂ ਜਿਹੜੇ ਅੰਮ੍ਰਿਤ ਨਾਲ ਇੰਨਾ ਪਿਆਰ ਕਰਦੇ ਹੋਣ ਕਿ ਜਦੋਂ ਕੋਈ ਆਪਾ ਭੇਟ ਕਰ ਦੇਵੇ ਵਿੱਚੋਂ ਆਪ ਗੱਜ ਆਏ, ਕਿਉਂਕਿ ਇੱਥੇ ਕੀਮਤ ਸਰੀਰ ਨਹੀਂ, ਸੀਸ ਤਾਂ ਸਰੀਰ ਦਾ ਹਿੱਸਾ, ਆਖਰ ਸਿਰ ਵੀ ਤਾਂ ਸਰੀਰ ਦਾ ਹੀ ਹਿੱਸਾ ਨਾ, ਵਿੱਚੋਂ ਆਪ ਜਾਏ ਦਾ ਮਸਲਾ ਸੀ। ਜਿਹਨੇ ਆਪਾ ਭੇਟ ਕਰ ਦਿੱਤਾ
ਉਹਨੂੰ ਅੰਮ੍ਰਿਤ ਦੀ ਦਾਤ ਝੋਲੀ ਪਈ ਤੇ ਅੰਮ੍ਰਿਤ ਵੀ ਉਹ ਜਿੰਦਾ ਏਕ ਬੂੰਦ ਗੁਰ ਅੰਮ੍ਰਿਤ ਦੀਨੂ ਤਾਂ ਅਟਲ ਅਮਰ ਨਾਮ ਹੋਆ। ਉਹਦੀ ਇੱਕ ਇੱਕ ਬੂੰਦ ਵਿੱਚ ਇੰਨੀ ਸ਼ਕਤੀ ਹੈ। ਗੁਰੂ ਆਖ ਰਿਹਾ ਜਿੱਧਰ ਮੈਂ ਚੱਲਣਾ ਚਾਹੁੰਦਾ, ਗੁਰੂ ਆਖ ਰਿਹਾ ਕਹਿੰਦੇ ਅੰਮ੍ਰਿਤ ਕਾ ਵਪਾਰੀ ਹੋਵੇ, ਸ਼ਾਹਵਾਨ ਹੋਵੇ ਅੰਮ੍ਰਿਤ ਦਾ, ਤੇ ਉਹ ਭਲਾ ਸ਼ਰਾਬ ਨਾਲ ਪਿਆਰ ਕਰ ਸਕਦਾ? ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਤੁਹਾਡੇ ਸਾਹਮਣੇ। ਅੰਮ੍ਰਿਤ ਚਾਹੁਣ ਵਾਲਾ, ਅੰਮ੍ਰਿਤ ਦੀ ਇੱਛਾ ਰੱਖਣ ਵਾਲਾ, ਫਿਰ ਉਹ ਵੀ ਉਸ ਗੁਰੂ ਕੋਲੋਂ ਜਿਹੜਾ ਗੁਰੂ ਬਾਣੀ ਦੇ ਰੂਪ ਵਿੱਚ ਬੋਲਦਾ ਇਹ ਗੱਲ ਕਹਿੰਦਾ, ਦੁਰਮਤ ਮਦ ਜੋ ਪੀਵ ਤੇ ਵਿਖਲੀ ਪਤ ਕਮਲੇ, ਬਾਣੀ ਵਿੱਚ ਕਹਿ ਰਿਹਾ ਦੁਰਮਤ ਮਦ ਜੋ ਪੀਵ ਤੇ ਵਿਖਲੀ ਪਤ ਕਮਲੇ, ਰਾਮ ਰਸਾਇਣ ਜੋਰ ਤੇ ਨਾਨਕ ਸੱਚ ਅਮਲੇ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਬਾਣੀ ਵਿੱਚ ਬੈਠਾ ਹੋਇਆ ਜੋਤ ਰੂਪ ਵਿੱਚ ਇਹ ਗੱਲ ਆਖ ਰਿਹਾ ਹੋਵੇ, ਐਸਾ ਮਦ ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ, ਗੁਰੂ ਬਖਸ਼ਿਸ਼ ਕਰੇ ਇੱਥੇ ਤੇ ਮੈਨੂੰ ਦਿਸਦਾ ਇਸ ਕਿਸਮ ਦੇ ਖਲਜਗਣ ਵਾਲਾ ਕੋਈ ਪਰਿਵਾਰ ਨਹੀਂ ਬੈਠਾ, ਪਰ ਬਦਕਿਸਮਤੀ ਨਾਲ ਜਿਨ੍ਹਾਂ ਦੇ ਘਰ ਦਾ ਵਾਤਾਵਰਨ ਐਸਾ ਹੈ, ਜਿਨ੍ਹਾਂ ਦੇ ਘਰ ਵਿੱਚ ਸ਼ਰਾਬ ਪ੍ਰਵੇਸ਼ ਕਰ ਗਈ ਹੈ, ਉਹਨਾਂ ਦੇ ਕਦੇ ਜੀਆਂ ਕੋਲੋਂ ਪੁੱਛ ਕੇ ਵੇਖੋ ਕੀ ਹਾਲਤ ਹੈ। ਛੋਟੇ ਛੋਟੇ ਬੱਚੇ ਵੀ, ਮੈਂ ਗਰਜ਼ ਕੀਤੀ ਸੀ, ਛੋਟੇ ਛੋਟੇ ਬੱਚੇ ਵੀ ਸਾਰਾ ਦਿਨ ਜਿਹੜੇ ਬਾਪੂ ਦੀ ਉਡੀਕ ਕਰਦੇ ਨੇ ਬਾਪੂ ਕਦੋਂ ਕੰਮ ਤੋਂ ਵਾਪਸ ਆਏ, ਜੇ ਉਹ ਸ਼ਰਾਬ ਦੀ ਮਸਤੀ ਵਿੱਚ ਮਸਤ ਹੋ ਕੇ ਘਰ ਆਵੇ ਸਹਿਮ ਜਾਂਦੇ ਨੇ, ਉਹਨਾਂ ਨੂੰ ਬਾਪੂ ਦੀ ਗੋਦ ਨਹੀਂ ਨਸੀਬ ਹੁੰਦੀ। ਘਰ ਦਾ ਵਾਤਾਵਰਨ ਹੈ, ਗੁਰੂ ਨੇ ਆਖ ਦਿੱਤਾ ਜਿਤ ਪੀਤੇ ਮਤ ਦੂਰ ਹੋਏ, ਮਤ ਹੀ ਤਾਂ ਮਨੁੱਖ ਕੋਲ ਸਭ ਤੋਂ ਸ੍ਰੇਸ਼ਟ ਚੀਜ਼ ਹੈ ਜਿਹਦੇ ਸਹਾਰੇ ਸਾਰਾ ਜੀਵਨ ਚੱਲਦਾ ਹੈ, ਮਤ ਹੀ ਤਾਂ ਇੱਕ ਵਸਤੂ ਹੈ, ਇੱਕ ਐਸੀ ਸ਼ਕਤੀ ਹੈ ਮਨੁੱਖ ਕੋਲ ਜਿਹਦੇ ਸਹਾਰੇ ਜੀਵਨ ਚੱਲਣਾ, ਭਾਵੇਂ ਉਹ ਕੁਮਤ ਹੋਵੇ ਤੇ ਭਾਵੇਂ ਮਨ ਮਤ ਹੋਵੇ ਤੇ ਭਾਵੇਂ ਸੁਮਤ ਹੋਵੇ, ਮਤ ਤੇ ਹੈ ਨਾ, ਮਤ ਤੇ ਹੈ। ਹੁਣ ਕਿਹੜੀ ਅਜੀਬ ਗੱਲ ਹੈ, ਜਿਸ ਦੇ ਪੀਤਣ ਪੀਣ ਨਾਲ ਮਤ ਹੀ ਖਤਮ ਹੋ ਜਾਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ, ਜਿਤ ਪੀਤੇ ਖਸਮ ਵਿਸਰੇ, ਗੁਰੂ ਨੂੰ ਪ੍ਰਵਾਨ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੂਪ ਜੋਤ ਜਿਹੜੀ ਸੀ ਆਪਣੇ ਅੰਦਰ ਠਿਕਾਣਾ ਨਹੀਂ ਸੀ ਦਿੱਤੀ। ਜ਼ਰਾ ਸੋਚੀ ਚੱਲਿਓ, ਜੇ ਭਲਾ ਜੋਤ ਉਹ ਹੈ, ਕਿਉਂਕਿ ਇਹ ਚਾਹੁੰਦੇ ਨੇ ਦਸਮ ਪਾਤਸ਼ਾਹ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਵੱਖ ਕਰ ਦੇਈਏ, ਉਹਨਾਂ ਦੀ ਬਾਣੀ ਵੀ ਵੱਖਰੀ ਹੈ, ਦਸਮ ਪਾਤਸ਼ਾਹ ਦੀ ਬਾਣੀ ਹੈ ਜੀ, ਦਸਮ ਪਿਤਾ ਦੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਹਨਾਂ ਦਾ ਕੋਈ ਰਿਸ਼ਤਾ ਨਹੀਂ। ਉਹ ਭਲਿਓ ਜ
ਜੇ ਉਹੋ ਹੀ ਜੋਤ ਹੈ, ਅਸੀਂ ਇਸ ਲਈ ਅਰਦਾਸ ਅੰਦਰ ਇੱਕ ਲਫ਼ਜ਼ ਬਦਲਿਆ। ਨੌਵੇਂ ਪਾਤਸ਼ਾਹ ਧੱਕਾ ਕਰਕੇ ਕੀ ਕੀਤਾ? ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜੋਤ ਉਹ ਆ ਜੁਗਤ ਸਾਏ, ਸਭ ਥਾਂ ਹੀ ਹੋਏ ਸਾਏ। ਤੁਸੀਂ ਵੀ ਉਹੀ ਜੋਤ ਹੋ ਜੋ ਪਹਿਲੀਆਂ ਜੋਤਾਂ ਨੇ, ਜੋਤ ਰੂਪ ਹੈ। ਇਸ ਲਈ ਇੱਕ ਖਿਆਲ ਕਰਿਓ, ਭਲਾ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਅੰਮ੍ਰਿਤ ਦੀ ਦਾਤ ਝੋਲੀ ਪਾਉਣ ਵਾਲੇ ਹੋਣ, ਉਹ ਐਸੇ ਇਸ ਸ਼ਕਤੀ ਦੇ ਪੁਜਾਰੀ ਉਪਾਸ਼ਨਾ ਉਪਾਸ਼ਕ ਬਣ ਸਕਦੇ ਨੇ ਜਿਹੜਾ ਸ਼ਰਾਬੀ ਹੋਵੇ? ਇੱਥੇ ਰੁਕਣਾ ਚਾਹੁੰਦਾ। ਜੇ ਭਲਾ ਉਹਨਾਂ ਦੀ ਇਹ ਗੱਲ ਸਾਡੇ ਝੋਲੀ ਪੈ ਜਾਏ, ਸਾਡੇ ਲਈ ਕਿੱਡਾ ਮੁਸ਼ਕਲ ਹੋ ਜਾਏਗਾ। ਅਸੀਂ ਪੜ੍ਹ ਰਹੇ ਹਾਂ, ਅਜੇ ਤੱਕ ਤਾਂ ਅਣਜਾਣੇ ਹੀ ਪੜ੍ਹ ਰਹੇ ਹਾਂ। ਤੈ ਹਮਦਕ ਤਪੱਸਿਆ ਸਾਧੀ, ਮਾਂ ਕਾਲ ਕਾਲਕਾ ਹਰਾਤੇ। ਮਾਂ ਕਾਲ ਕੌਣ ਹੈ? ਮੈਂ ਨਹੀਂ ਕਹਿੰਦਾ, ਉਹ ਹੀ ਕਹਿੰਦਾ ਹੈ ਜਿਹਨੇ ਇਹ ਲਿਖਿਆ ਨਾ। ਮਾਂ ਕਾਲ ਦੀ ਪਰਿਭਾਸ਼ਾ ਵੀ ਉਸੇ ਨੇ ਲਿਖੀ ਹੈ। ਉਹ ਕਹਿੰਦਾ ਹੈ, ਮਾਂ ਕਾਲ ਕੋ ਸਿੱਖ ਕਰ ਮਦਰਾ ਭੰਗ ਪਿਲਾਏ। ਜਿਹਨੇ ਮਾਂ ਕਾਲ ਦਾ ਸਿੱਖ ਬਣਨਾ, ਉਹਨੂੰ ਸ਼ਰਾਬ ਅਤੇ ਭੰਗ ਪੀਣੀ ਪੈਣੀ। ਅਤੇ ਜਿਹੜਾ ਜਿਹਦਾ ਸਿੱਖ ਬਣਨ ਲਈ ਸ਼ਰਾਬ ਅਤੇ ਭੰਗ ਪੀਣੀ ਪੈਂਦੀ ਹੈ, ਉਹਦੀ ਉਹਦਾ ਉਪਾਸ਼ਕ, ਉਹਦਾ ਭਗਤ, ਉਹਦੀ ਆਰਾਧਨਾ ਕਰਨ ਵਾਲਾ ਭਲਾ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਸਕਦਾ ਹੈ? ਆਪ ਹੀ ਸੋਚੋ। ਪਰ ਬਣਾ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੂੰਹ ਵਿੱਚ ਉਹਦੇ ਨਾਮ 'ਤੇ ਇਹ ਗੱਲ ਲਿਖ ਦਿੱਤੀ ਗਈ, ਤੈ ਹਮਦਕ ਤਪੱਸਿਆ ਸਾਧੀ, ਮਾਂ ਕਾਲ ਕਾਲਕਾ ਆਰਾਧੀ। ਹੁਣ ਤਿੰਨਾਂ ਨੂੰ ਦੇਖ ਲਓ। ਮਾਂ ਕਾਲ ਸ਼ਰਾਬ ਪੀਣ ਵਾਲਾ, ਉਸੇ ਗ੍ਰੰਥ ਵਿੱਚ ਪੜ੍ਹ ਲਓ, ਮੇਰਾ ਫੈਸਲਾ ਨਹੀਂ, ਉਹਨਾਂ ਦਾ ਹੀ। ਕਾਲਕਾ ਖੂਨ ਪੀਣ ਵਾਲੀ, ਉਸੇ ਵਿੱਚ ਪੜ੍ਹ ਲਓ। ਦੁਰਗਾ ਆ ਜਿਹੜੀ ਚੰਡੀ ਦੀ ਵਾਰ, ਹੁਣ ਬੰਗਲਾ ਸਾਹਿਬ ਕਥਾ ਕਰਾਈ ਨੇ ਨਾ, ਪੜ੍ਹ ਲਓ ਉਸ ਵਿੱਚ। ਚੰਡੀ ਦੀ ਜਿਹੜੀ ਹੈ ਦੇਵੀ, ਉਹ ਵੀ ਸ਼ਰਾਬ ਪੀਣ ਵਾਲੀ ਹੈ। ਕਥਾ ਬੰਗਲਾ ਸਾਹਿਬ ਹੁੰਦੀ ਹੈ, ਉਸ ਵਿਚਿੱਤਰ ਨਾਟਕ 'ਚ ਪੜ੍ਹ ਲਓ। ਮੇਰੇ ਕੋਲੋਂ ਮੇਰੇ ਫੈਸਲੇ ਨਹੀਂ ਨਾ ਮੰਨੋ, ਮੈਂ ਇਸੇ ਲਈ ਕਹਿਣਾ। ਕੋਸ਼ਿਸ਼ ਕਰੋ, ਆਪ ਸਟੱਡੀ ਕਰੋ, ਉਹਦੇ 'ਚ ਪੜ੍ਹ ਲਓ ਅਤੇ ਚੰਡੀ ਕੌਣ ਹੈ। ਚੰਡੀ ਵੀ ਸ਼ਰਾਬ ਪੀਣ ਵਾਲੀ ਹੈ, ਦੁਰਗਾ ਵੀ ਸ਼ਰਾਬ ਪੀਣ ਵਾਲੀ ਹੈ, ਮਾਂ ਕਾਲ ਵੀ ਸ਼ਰਾਬ ਵਿੱਚ ਮਸਤ ਹੈ। ਚੰਡੀ ਬਾਰੇ ਤਾਂ ਉਹ ਲਿਖਾਰੀ ਇੱਥੋਂ ਤੱਕ ਲਿਖਦਾ ਕਿ ਉਹ ਚੰਡੀ ਇੰਨੀ ਸ਼ਰਾਬ ਵਿੱਚ ਮਸਤ ਹੋਈ ਹੈ, ਅਟਪਟੇ ਬੋਲ ਬੋਲ ਰਹੀ ਹੈ, ਬੋਲਣ ਵਿੱਚ ਜ਼ਬਾਨ ਥਿੜਕ ਰਹੀ ਹੈ, ਉਹਨੂੰ ਪਤਾ ਹੀ ਨਹੀਂ ਕੀ ਬੋਲ ਰਹੀ ਹਾਂ। ਇਹ ਲਫ਼ਜ਼ ਚੰਡੀ ਦੀ ਵਾਰ ਦੇ ਉਸੇ ਗ੍ਰੰਥ ਵਿੱਚ ਨੇ, ਚੰਡੀ ਦੀ ਸਿਫਤ ਵਿੱਚ। ਲਿਖਣ ਵਾਲਾ ਵਾਹਿਗੁਰੂ ਬਖਸ਼ੇ, ਦੁੱਖ ਤਾਂ ਇਹੋ ਹੀ ਹੈ ਨਾ, ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਭਲਾ ਸੋਚੋ, ਅੰਮ੍ਰਿਤ ਦੀ ਬਖਸ਼ਿਸ਼ ਕਰਨ ਵਾਲਾ, ਅੰਮ੍ਰਿਤ ਦਾ ਵਪਾਰੀ ਜਿਹੜਾ ਹੈ, ਉਹ ਸ਼ਰਾਬ ਦੇ ਮਸਤੀ ਵਿੱਚ ਜੀਉਣ ਵਾਲਿਆਂ ਦਾ ਉਪਾਸ਼ਕ ਹੋ ਸਕਦਾ? ਲਓ, ਮੈਂ ਹੁਣ ਉੱਥੇ ਪਹੁੰਚਣਾ ਚਾਹੁੰਦਾ ਵੀ ਇਹ ਸਭ ਕੁਝ ਕਿਉਂ ਹੋਇਆ, ਇਹ ਕਿਉਂ ਹੋਇਆ। ਹੋ ਸਕਦਾ 5-10 ਮਿੰਟ ਤਾਂ ਮੇਰੀ ਸਿਹਤ ਵੀ, ਅੱਜ ਤਬੀਅਤ ਠੀਕ ਨਹੀਂ ਸੀ, ਪਰ ਫਿਰ ਹੁਣ ਚੱਲ ਪਿਆ ਅਤੇ ਮੈਂ ਚਾਹੁੰਦਾ ਵੀ ਇਸ ਸਮਾਪਤੀ ਦੇ ਸਮਾਗਮ ਵਿੱਚ ਕੁਝ ਗੱਲਾਂ ਕਰ ਜਾਵਾਂ। ਇਹ ਕਿਉਂ ਹੋਇਆ, ਇਹਦੇ ਪਿੱਛੇ ਕਿਸੇ ਨੇ ਬੜਾ ਸੁੰਦਰ ਖਿਆਲ ਲਿਖਿਆ। ਉਹ ਕਹਿੰਦਾ ਇਹ ਸੀ ਬ੍ਰਾਹਮਣਿਜ਼ਮ। ਬ੍ਰਾਹਮਣ ਨੇ ਜੋ ਕੁਝ ਵੀ
ਆਪ ਕਰਨਾ ਸੀ ਅਤੇ ਆਪਣੀ ਉਮਤ ਕੋਲੋਂ ਕਰਾਉਣਾ ਸੀ। ਉਹਨੇ ਸਾਰੇ ਕੰਮ ਸਰਗੁਣ ਦੇ ਨਾਮ ਥੱਲੇ ਦੇਵਤਿਆਂ ਅਤੇ ਬਣਾਏ ਹੋਏ ਭਗਵਾਨਾਂ ਨਾਲ ਜੋੜ ਦਿੱਤੇ। ਜੇ ਉਹਨੇ ਆਪ ਸ਼ਰਾਬ ਪੀਣੀ ਸੀ, ਉਹਨੇ ਕ੍ਰਿਸ਼ਨ ਨੂੰ ਸ਼ਰਾਬ ਪੀਂਦਾ ਦਿਖਾ ਦਿੱਤਾ, ਰੱਜ ਕੇ ਸ਼ਰਾਬ ਪੀਂਦਾ। ਇਸੇ ਗ੍ਰੰਥ ਵਿੱਚ ਪੜ੍ਹ ਲਓ, ਮੈਂ ਵਿਸਥਾਰ ਵਿੱਚ ਚਲ ਜਾਵਾਂ। ਇਹ ਲਫ਼ਜ਼ ਲਿਖਦਾ ਕਿ ਕ੍ਰਿਸ਼ਨ ਨੇ ਅਰਜਨ ਨੂੰ ਆਖਿਆ, ਅਰਜਨ ਤੇਨਾ ਸਧਾਰਨ ਹੈ, ਉਹ ਅਨਪੜ੍ਹ ਮੂਰਖ ਹੈ, ਬ੍ਰਹਮਾ ਜਿਹਨੇ ਸੱਤ ਸਮੁੰਦਰ ਪਾਣੀ ਦੇ ਬਣਾ ਦਿੱਤੇ, ਸਮੁੰਦਰ ਸ਼ਰਾਬ ਦਾ ਬਣਾ ਦਿੰਦਾ, ਇਹ ਵੀ ਥੋੜ੍ਹੀ ਦੂਰ ਹੋ ਜਾਂਦੀ। ਇਹ ਲਫ਼ਜ਼ ਨੇ ਉੱਥੇ ਹੁਣ ਸੋਚਿਓ, ਉਹਨੇ ਸਾਰੇ ਗੱਲ ਜਿਹੜੇ ਵਿਚਾਰ ਉਹਨੇ ਆਪ ਕਰਨੇ ਸਨ, ਲੋਕਾਂ ਨੇ ਬਰਦਾਸ਼ਤ ਨਹੀਂ ਸਨ ਕਰਨੇ, ਉਹਨੇ ਭਗਵਾਨ ਦੇ ਨਾਂ ਲਾ ਦਿੱਤੇ। ਹੁਣ ਗੋਪੀਆਂ ਭਗਵਾਨ ਨੂੰ ਖੁਸ਼ ਕਰਨ ਲਈ ਘਰ ਬਾਰ ਛੱਡਦੀਆਂ ਨੇ, ਵਿਚਾਰ ਵਿੱਚ ਪੈਂਦੀਆਂ ਨੇ, ਪਤੀ ਨਾਲ ਧੋਖਾ, ਪਰਿਵਾਰ ਨਾਲ ਧੋਖਾ ਕਰਦੀਆਂ ਨੇ, ਅਤੇ ਉਹ ਜਾਂਦੀਆਂ ਨੇ ਕ੍ਰਿਸ਼ਨ ਕੋਲ, ਇਹਨੇ ਚੁੱਕ ਕੇ ਉਹਨਾਂ ਹੀ ਨਾਵਾਂ 'ਤੇ ਆ ਜਿਹੜੀਆਂ ਦੇਵਦਾਸੀਆਂ ਪੈਦਾ ਕੀਤੀਆਂ ਕਿ ਜਿਨ੍ਹਾਂ ਨੇ ਕ੍ਰਿਸ਼ਨ ਨੂੰ ਖੁਸ਼ ਕਰਨਾ ਹੈ ਉਹ ਘਰ ਛੱਡ ਕੇ ਮੰਦਰਾਂ ਵਿੱਚ ਆ ਜਾਣ। ਇਹ ਬਹਾਨਾ ਸੀ ਆਪਣੇ ਵਿਚਾਰ ਨੂੰ ਮੋਹਰਬੰਦ ਸੀਲ ਕਰਨ ਦਾ, ਸਵੀਕਾਰ ਕਰਨ ਦਾ, ਜਸਟੀਫਾਈ ਕਰਨ ਦਾ। ਹੁਣ ਇਹੋ ਚੀਜ਼ ਬ੍ਰਾਹਮਣ ਚਾਹੁੰਦਾ ਸੀ ਸਾਡੇ 'ਤੇ ਕਿ ਸਿੱਖ ਆਚਰਨ ਕਰਕੇ ਉੱਚਾ ਹੈ। ਤੁਸੀਂ ਇਤਿਹਾਸ ਪੜ੍ਹ ਲਓ, ਇਸ ਸਮੇਂ ਵੀ ਕੀ ਹੈ, ਦੁਸ਼ਮਣ ਵੀ ਇੱਕ ਸਿਫਤ ਕਰਦਾ ਸੀ, ਨਾਲ ਕੁੱਤੇ ਲਫ਼ਜ਼ ਵਰਤਦਾ ਸੀ, ਇਹ ਸੱਗ ਜਿਹੜੇ ਨੇ ਇਹ ਆਚਰਨ ਦੇ ਬੜੇ ਮਜ਼ਬੂਤ ਨੇ, ਸਿਫਤ ਕਰਨਾ। ਹੁਣ ਉਹ ਚਾਹੁੰਦਾ ਆਚਰਨ ਦੇ ਨੀਵੇਂ ਹੋਣ, ਅਤੇ ਇਹਨਾਂ ਦਾ ਆਚਰਨ ਨੀਵਾਂ ਕਰਨਾ ਹੋਵੇ ਤਾਂ ਕਿਹੜਾ ਤਰੀਕਾ, ਜਿਵੇਂ ਉੱਧਰ ਆਚਰਨ ਨੀਵਾਂ ਕਰਨਾ ਹੋਵੇ ਤਾਂ ਰਾਮ ਬਣਾ ਦਿੱਤਾ, ਕ੍ਰਿਸ਼ਨ ਬਣਾ ਦਿੱਤਾ, ਉਹਨਾਂ ਦੇ ਨਾਲ ਗੋਪੀਆਂ ਬਣਾ ਦਿੱਤੀਆਂ, ਸ਼ਰਾਬ ਬਣਾ ਦਿੱਤੀ। ਹੁਣ ਉਹਨਾਂ ਨੇ ਸਾਡਾ ਜੀਵਨ ਨੀਵਾਂ ਕਰਨਾ ਹੋਵੇ, ਆਚਰਨਹੀਨ ਕਰਨਾ ਹੋਵੇ ਤਾਂ ਕੀ ਕਰੇਗਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਨਾਲ ਉਹ ਚੀਜ਼ ਅੰਬੜੇਗਾ, ਤਾਂ ਕਿ ਸਾਡੇ ਮਨ 'ਚ ਆਵੇ ਲੈ ਜੇ ਸਾਡਾ ਗੁਰੂ ਆ ਕੁਝ ਕਰ ਸਕਦਾ, ਅਸੀਂ ਕਿਉਂ ਨਹੀਂ ਕਰ ਸਕਦੇ। ਸਿੱਖ ਦੇ ਆਚਰਨ ਨੂੰ ਬਰਬਾਦ ਕਰਨ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਥੱਲੇ ਕਲਮਾਂ ਕੋਲੋਂ ਮਜਬੂਰ ਕਰਕੇ ਅੱਜ ਵੀ ਅਸੀਂ ਆਖਣੇ ਹਾਂ ਨਾ, ਪ੍ਰਚਾਰਕ ਵਰਗ ਸਾਡਾ ਸਾਥ ਨਹੀਂ ਦੇ ਰਿਹਾ। ਕਿਉਂ? ਕੁਛ ਨੌਜਵਾਨ ਪੈਦਾ ਹੋਏ ਨੇ, ਪਰ ਆਮ ਕਰਕੇ ਨਹੀਂ ਹੁੰਦਾ ਕਾਰਨ, ਕਿਉਂਕਿ ਧਮਕੀਆਂ, ਡਰਾਵੇ, ਮਜਬੂਰੀਆਂ ਪੈਦਾ ਕਰਤੀਆਂ ਗਈਆਂ, ਇਹ ਲਿਖਾਰੀਆਂ ਦੇ ਸਾਹਮਣੇ ਵੀ ਪੈਦਾ ਕੀਤੀਆਂ ਗਈਆਂ। ਉਹਨਾਂ ਨੇ ਲਿਖਿਆ ਔਰ ਤੁਸੀਂ ਹੈਰਾਨ ਹੋਵੋਗੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ, ਗੁਰੂਆਂ ਦੇ ਨਾਮ ਨਾਲ ਨਸ਼ੇ ਇੰਨੇ ਜੋੜ ਦਿੱਤੇ ਗਏ ਕਿ ਸਿੱਖ ਸੋਚੀ ਪੈ ਜਾਏ, ਇਹਦਾ ਮਤਲਬ ਸਾਡੇ ਤਾਂ ਗੁਰੂ ਆਪ ਨਸ਼ੇ ਹੀ ਸਨ। ਮੈਂ ਤੁਹਾਡੇ ਸਾਹਮਣੇ ਇਹੋ ਕੁਝ ਸਬੂਤ ਰੱਖਣਾ ਚਾਹੁੰਦਾ, ਪਰੂਫ ਰੱਖਣਾ ਚਾਹੁੰਦਾ। ਛੇਵੀਂ ਪਾਤਸ਼ਾਹੀ ਦੇ ਗੁਰਬਿਲਾਸ ਦੇ ਅਧਿਆਏ 18 ਵਿੱਚ ਗੁਰੂ ਹਰਗੋਬਿੰਦ ਜੀ ਦਾ ਭੰਗ ਪੀਣਾ ਲਿਖਿਆ ਹੈ, ਜਬੇ ਜਾਮ ਦਿਨ ਆਣ ਰਹਾਇਓ, ਸ੍ਰੀ ਗੁਰੂ ਬਜੀਆ ਪਾਨ ਕਰਾਇਓ। ਭਾਈ ਸੁੱਖਾ ਸਿੰਘ ਦਸਵੇਂ ਗੁਰਬਿਲਾਸ ਦੇ ਗ੍ਰੰਥ ਅੱਗੇ ਜਾ ਕੇ ਆਏਗਾ, ਭਾਈ ਸੁੱਖਾ ਸਿੰਘ ਕੌਣ ਹੈ ਜ਼ਰਾ ਇਹਨੂੰ ਦੇਖਣਾ ਹੈ। ਭਾਈ ਸੁੱਖਾ ਸਿੰਘ ਦਸਵੇਂ ਗੁਰਬਿਲਾਸ ਦੇ ਦਸਵੇਂ ਅਧਿਆਇ ਵਿੱਚ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਿਜੀਆ ਤਰਛਤ ਅਮਲ ਮੰਗਾਵੇਂ, ਆਪ ਅਚੈ ਪੁਨ ਅਵਰ ਦਿਵਾਵੇਂ। ਇੱਥੇ ਬਸਨੇ ਫਿਰ ਗੁਰਬਿਲਾਸ ਪਾਤ ਦੇ 16 ਅਧਿਆਇ ਵਿੱਚ ਨਵਰਾਤਰੇ ਮੰਗਾ ਮਨਾਉਣ ਦਾ ਦਿਨ ਲਿਖਦਾ ਹੈ ਅਤੇ ਕੀਤਾ ਕਿ
ਮਦਰਾ ਬਿਜੀਆ ਖਾਂਡ ਮਿਲਾਈ, ਕਰ ਚਰਨਾਮ੍ਰਿਤ ਗਾਗਰ ਪਾਈ, ਲੈ ਜ ਨਿਜ ਭੇਟ ਕਾਲਕਾ ਦੀਨੇ, ਜੈ ਭਵਾਨ ਕੀ ਉਸਤਤ ਕੀਨੇ। ਕਿਉਂਕਿ ਨੌਰਾਤੇ ਦੁਰਗਾ ਦੀ ਉਪਾਸ਼ਨਾ ਨੇ, ਦੇਵੀ ਦੀ ਉਪਾਸ਼ਨਾ ਨੇ ਨੌਰਾਤੇ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਨੌਰਾਤੇ ਮਨਾਏ। ਸ਼ਰਾਬ, ਭੰਗ ਅਤੇ ਅਫੀਮ ਤਿੰਨੋਂ ਮਿਕਸ ਕਰਕੇ, ਘੋਟ ਕੇ, ਇਕੱਠੀਆਂ ਕਰਕੇ ਚਰਨਾਮ੍ਰਿਤ ਬਣਾਈ, ਆਪ ਵੀ ਪੀਤੀ ਅਤੇ ਸਿੱਖਾਂ ਨੂੰ ਵੀ ਪਿਲਾਈ। ਹੁਣ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਨਾਲ ਇੱਕ ਜੋੜਿਆ ਜਾ ਰਿਹਾ। ਇੱਕ ਪਾਸੇ ਅਸੀਂ ਉਸਨੂੰ ਕਹਿੰਦੇ ਅੰਮ੍ਰਿਤ ਦਾਤਾ, ਇਹ ਤਾਂ ਮੈਂ ਹੈਰਾਨ ਹਾਂ ਅੰਮ੍ਰਿਤ ਨਾਲ ਸ਼ਰਾਬ ਦਾ ਸੰਬੰਧ ਕਿਵੇਂ ਜੋੜਿਆ ਜਾ ਰਿਹਾ ਹੈ। ਔਰ ਬਕਾਇਦਾ ਲਿਖਤੀ ਹੈ ਸਾਡੇ ਗ੍ਰੰਥਾਂ ਵਿੱਚ। ਅਗਲੇ ਪਾਸੇ ਫਿਰ ਉਹ ਲਿਖਦਾ ਹੈ, ਕਹਿੰਦਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਥੋਂ ਤੱਕ ਲਿਖ ਦਿੱਤਾ ਗਿਆ ਕਿ ਦਿਨ ਦੇ ਪਿਛਲੇ ਪਹਿਰ ਗੁਰੂ ਹਰਗੋਬਿੰਦ ਜੀ ਅਫੀਮ ਖਾਂਦੇ ਸਨ, ਗੁਰੂ ਗੋਬਿੰਦ ਸਿੰਘ ਜੀ ਆਪ ਭੰਗ ਅਫੀਮ ਖਾਂਦੇ ਸਨ ਅਤੇ ਦੂਜਿਆਂ ਨੂੰ ਵੀ ਖਵਾਉਂਦੇ ਸਨ। ਅੱਗੇ ਜਾ ਕੇ ਕਹਿੰਦਾ ਫਿਰ ਭਾਈ ਮਨੀ ਸਿੰਘ ਜੀ ਦਾ ਹਵਾਲਾ ਦੇ ਕੇ ਲਿਖਿਆ ਹੈ, ਗੁਰੂ ਜੀ ਸਤ ਸਭ ਸੰਗਤ ਕੋ ਅੰਮ੍ਰਿਤ ਛਕਾ ਕਰ, ਸ਼ਸਤਰ ਪਕੜਾ ਕਰ, ਸਜਾ ਕਰ, ਵਿਦਾ ਕੇ ਜਾ। ਤਾਂ ਸਿੱਖਾਂ ਨੂੰ ਕਿਹਾ ਜੋ ਤੁਸੀਂ ਕੁਛ ਅਮਲ ਛਕਿਆ ਕਰੋ। ਤਾਂ ਸਿੱਖ ਅਮਲ ਖਾਣੇ ਲੱਗੇ ਤਾਂ ਕਿਤਨਿਆਂ ਦੀਆਂ ਬੀਤੀਆਂ ਠਹਿਰ ਗਈਆਂ। ਮਸਤੀ ਇਹ ਗੁਰੂ ਦੇ ਨਾਂ ਨਾਲ ਜੋੜੀਆਂ ਜਾ ਰਹੀਆਂ ਨੇ। ਅੱਗੇ ਜਾ ਕੇ ਇੱਥੋਂ ਤੱਕ ਲਿਖਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ, ਉਹ ਤਾਂ ਤੁਸੀਂ ਕਈ ਵਾਰੀ ਪ੍ਰਚਲਿਤ ਲਫ਼ਜ਼ ਸੁਣੇ ਹੋਣਗੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਗਡਰੀਏ ਕੋਲੋਂ ਭੰਗ ਮੰਗਵਾਈ, ਜਿੱਥ ਮੈਨੂੰ ਭੰਗ ਲਿਆ ਕੇ ਦੇ, ਜੋ ਮੰਗੇਗਾ ਦਿਆਂਗਾ। ਜਿਸ ਵੇਲੇ ਉਹਨੇ ਲਿਆਂਦੀ, ਉਹਨੇ ਸੱਤ ਮੁੱਠਾਂ ਭੰਗ ਦੀਆਂ ਦਿੱਤੀਆਂ ਅਤੇ ਗੁਰੂ ਨਾਨਕ ਉਸ ਭੰਗ ਦੀ ਮੁੱਠੀਆਂ 'ਤੇ ਇੰਨੇ ਖੁਸ਼ ਹੋਏ ਕਿ ਉਹਨੂੰ ਸੱਤ ਪਾਤਸ਼ਾਹੀਆਂ ਦਾ ਰਾਜ ਦੇ ਦਿੱਤਾ। ਇਹਦਾ ਮਤਲਬ ਗੁਰੂ ਦੀ ਨਿਗਾਹ ਵਿੱਚ ਭੰਗ ਦੀ ਇੰਨੀ ਕੀਮਤ ਹੈ। ਔਰ ਇੱਥੇ ਬਸ ਨਹੀਂ, ਅੱਗੇ ਕਿੰਨਾ ਇਹਦੋ ਕਦੀ ਕੀਤੀ ਗਈ, ਜਦੋਂ ਸੱਤ ਮੁੱਠਾਂ ਭੰਗ ਦੇ ਬਦਲੇ ਵਿੱਚ ਸੱਤ ਪਾਤਸ਼ਾਹੀਆਂ ਦਾ ਰਾਜ ਦਿੱਤਾ, ਤਾਂ ਉਸ ਵੇਲੇ ਕੁਝ ਸਿੱਖਾਂ ਨੇ ਅਰਜ਼ ਕੀਤੀ, ਜੀ ਇੱਕ ਭੰਗ ਦੇ ਬਦਲੇ ਵਿੱਚ ਸੱਤ ਮੁੱਠਾਂ ਦਾ ਰਾਜ, ਸੱਤ ਪਾਤਸ਼ਾਹੀਆਂ ਦਾ ਰਾਜ, ਇਹ ਤਾਂ ਗੁਨਾਹਗਾਰ ਵੀ ਹੋ ਸਕਦੇ ਨੇ, ਇਹ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਨੇ ਆਖਿਆ ਚੰਗਾ, ਹੁਣ ਮੈਂ ਬਚਨ ਕਰ ਦਿੱਤੇ ਨੇ, ਮੈਂ ਵਾਪਸ ਤਾਂ ਨਹੀਂ ਲੈਂਦਾ, ਹੁਣ ਇਹਨਾਂ ਕੋਲੋਂ ਜਿਹੜਾ ਰਾਜ ਵਾਪਸ ਲਵਾਂਗਾ ਨਾ ਸੱਤ ਪਾਤਸ਼ਾਹੀਆਂ ਤੋਂ ਬਾਅਦ, ਉਹ ਮੈਂ ਆਪਣੇ ਸੱਤ ਸੀਸ ਦੇ ਕੇ ਬਦਲੇ ਵਿੱਚ ਲਵਾਂਗਾ। ਇਹਦਾ ਮਤਲਬ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਕਹਿੰਦੇ ਪਿਤਾ ਕੁਰਬਾਨ ਕਰਨ ਵਾਲਾ, ਪਰਿਵਾਰ ਦਾ ਦਾਨੀ ਕਹਿੰਦੇ ਹਨ, ਸਰਬੰਸ ਦਾਨੀ, ਸਰਬੰਸ ਦਾਨੀ ਵੀ ਨਾ ਰਿਹਾ, ਇਹ ਤਾਂ ਮੁੱਠਾਂ ਭੰਗ ਦੀਆਂ ਬਦਲੇ ਵਿੱਚ ਸਰਬੰਸ ਲਿਆ ਦੇ ਦਿੱਤਾ। ਇਹਦਾ ਮਤਲਬ ਗੁਰੂ ਦਾ ਜਿਹੜਾ ਸਰਬੰਸ ਆ, ਸੱਤ ਮੁੱਠਾਂ ਭੰਗ ਦੀ ਕੀਮਤ ਰਹਿ ਗਿਆ ਬਕਾਇਦਾ ਲਿਖਤ ਵਿੱਚ। ਅੱਛਾ ਹੁਣ ਜ਼ਰਾ ਅੱਗੇ ਚੱਲੋ, ਮੈਂ ਜਿੱਥੇ ਪਹੁੰਚਣਾ ਚਾਹੁੰਦਾ, ਬੜੀ ਖਤਰਨਾਕ ਮੋੜ ਦੀ ਗੱਲ ਹੈ, ਮੈਂ ਦੁਖੀ ਪਰੇਸ਼ਾਨ ਹੋ ਜਾਂਦਾ ਅਤੇ ਮੇਰੀ ਆਖਰੀ ਅਦਾਲਤ ਤੁਸੀਂ ਹੋ, ਸੰਗਤ ਹੈ, ਇੱਥੋਂ ਤੱਕ ਲਿਖਿਆ ਹੋਇਆ। ਅਤੇ ਭਾਈ ਸੁੱਖਾ ਸਿੰਘ ਇੱਕ ਗ੍ਰੰਥੀ ਹੈ ਪਟਨਾ ਦਾ, ਕਦੀ ਪੁਰਾਣੇ ਸਮੇਂ ਅੰਦਰ 18-19 ਸਦੀ ਵਿੱਚ, ਸੁੱਖਾ ਸਿੰਘ ਨਾਮ ਦਾ ਗ੍ਰੰਥੀ ਪਟਨੇ ਸਾਹਿਬ ਗ੍ਰੰਥੀ ਸੀ, ਅਤੇ ਜਿਹਨੂੰ ਬਚਿੱਤਰ ਨਾਟਕ ਕਹਿੰਦੇ ਨੇ, ਉਹਦੀ ਇੱਕ ਬੀੜ ਉਹਦੇ ਨਾਂ ਦੀ ਵੀ ਹੈ, ਸੁੱਖਾ ਸਿੰਘ ਦੀ ਲਿਖੀ ਹੋਈ। ਗਿਆਨੀ ਗਿਆਨ ਸਿੰਘ ਲਿਖਦਾ ਹੈ,
ਮੈਂ ਆਪਣੇ ਲਫਜ਼ ਵੀ ਨਹੀਂ ਕਹਿੰਦਾ, ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਦੇ ਲਫਜ਼ ਤੁਹਾਡੇ ਸਾਹਮਣੇ ਲਿਖ ਰਿਹਾ। ਉਹ ਕਹਿੰਦਾ, ਸੁੱਖਾ ਸਿੰਘ ਗ੍ਰੰਥੀ ਔਰ ਰਚੀ ਬੀੜ ਪਟਨੇ ਮੈਂ ਗੌਰ, ਪੁਨਾ ਚੜ੍ਹਤ ਸਿੰਘ ਤਾਂਕੇ ਪੂਤ, ਅੱਖਰ ਦਸਮ ਗੁਰੂ ਸਮਸੂਤ, ਕਰ ਕੋ ਪਾਂਚ ਪੱਤਰੇ ਔਰ ਗੁਰ ਤਰਫੋਂ ਲਿਖ ਪਾਏ ਗੌਰ, ਔਰ ਗ੍ਰੰਥ ਇੱਕ ਵੰਸਾ ਕੀਓ ਵੈਸਾ ਕੀਓ, ਸੋ ਬਾਵੇ ਹਾਕਮ ਸਿੰਘ ਲਿਓ, ਔਰ ਸੋ ਗੁਰਦੁਆਰੇ ਮੋਤੀ ਬਾਗ, ਹੈ ਅਬ ਹਮਨੂੰ ਪਿਖਿਓ ਬਿਲਾਗ, ਐਸੇ ਗ੍ਰੰਥ ਕਈ ਉਹਨ ਲਿਖੇ, ਅੱਖਰ ਗੁਰ ਸੰਗ ਸਮ ਹੈ ਪਿਖੇ। ਉਹ ਆਖੇ ਜਿਹੜਾ ਸੁੱਖਾ ਸਿੰਘ ਸੀ ਉਹਨੇ ਇੱਕ ਬੀੜ ਲਿਖੀ ਅਤੇ ਉਹਦਾ ਇੱਕ ਪੁੱਤਰ ਸੀ ਚੜ੍ਹਤ ਸਿੰਘ, ਪੰਥ ਪ੍ਰਕਾਸ਼ ਦੇ ਲਫ਼ਜ਼ ਤੋਂ ਅਸਾਂ ਲਿਖ ਰਿਹਾ, ਉਹਦਾ ਪੁੱਤਰ ਸੀ ਚੜ੍ਹਤ ਸਿੰਘ, ਉਹਨੇ ਅਭਿਆਸ ਕੀਤਾ ਸੀ ਅਤੇ ਉਹ ਬਿਲਕੁਲ ਦਸਮ ਪਾਤਸ਼ਾਹ ਜੀ ਵਰਗੇ ਅੱਖਰ ਬਣਾ ਕੇ ਲਿਖਦਾ ਸੀ। ਉਹਨੇ ਕੁਝ ਪੱਤਰੇ ਉਹਦੇ ਵਿੱਚ ਲਿਖੇ ਅਤੇ ਕੁਝ ਉਹਨੇ ਗ੍ਰੰਥ ਵੀ ਹੋਰ ਲਿਖੇ, ਇੱਕ ਗ੍ਰੰਥ ਵਿੱਚ ਵਿਚਿੱਤਰ ਨਾਟਕ ਦਾ ਚੜ੍ਹਤ ਸਿੰਘ ਨੇ ਲਿਖਿਆ, ਬਿਲਕੁਲ ਗੁਰੂ ਦਸਮ ਪਾਤਸ਼ਾਹ ਜੀ ਦੇ ਅੱਖਰਾਂ ਵਾਂਗ ਬਣਾ ਕੇ। ਅਤੇ ਅੱਗੇ ਜਾ ਕੇ ਕਹਿੰਦਾ, ਦਸਖਤ ਦਸਮ ਗੁਰੂ ਕੇ ਕਹਿ ਕੇ ਕੀਮਤ ਲਈ ਚੌਗਣੀ ਰਹਿ ਚਾਹੇ, ਉਹ ਕਿ ਐਡੇ ਕੀਮਤੀ ਲਫਜ਼ ਵਰਤ ਕੇ ਕਿ ਗੁਰੂ ਦਸਮ ਪਾਤਸ਼ਾਹ ਜੀ ਦਾ ਆਪਣਾ ਲਿਖਿਆ ਹੋਇਆ, ਇਹ ਉਹਨਾਂ ਦੇ ਦਸਖਤ ਨੇ, ਕਿਉਂਕਿ ਆਪ ਮਿਲ ਕੇ ਲਿਖਦਾ ਸੀ ਸਾਡੇ ਨਾਲ, ਕਿੱਥੇ ਕਿੱਥੇ ਧੋਖਾ ਹੋ ਰਿਹਾ। ਉਹ ਕਿ ਚੌਗਣੀ ਕੀਮਤ ਲੈਂਦਾ ਸੀ ਇਸ ਲਾਲਚ ਲਈ, ਲੋਕ ਲੈ ਜਾਂਦੇ ਸਨ ਵੀ ਗੁਰੂ ਸਾਹਿਬ ਦੇ ਆਪਣੀ ਹੱਥ ਲਿਖਤ ਹੈ, ਆਪਣੇ ਦਸਖਤ ਨੇ ਚੌਗਣੀ ਕੀਮਤ ਦੇ ਕੇ ਲੈ ਜਾਂਦਾ ਸੀ। ਹੁਣ ਇੱਥੇ ਆਪਣੀ ਜ਼ਬਾਨ ਤੋਂ ਲਿਖਦਾ ਹੈ ਰਤਨ ਸਿੰਘ ਜੱਗੀ ਇਸ ਸਾਰੀ ਚੀਜ਼ ਨੂੰ ਪੜ੍ਹ ਕੇ, ਉਹ ਕਹਿੰਦਾ, ਇਹਨਾਂ ਪੰਕਤੀਆਂ ਦੇ ਆਧਾਰ 'ਤੇ ਹੇਠ ਲਿਖੇ ਤੱਥ ਸਾਹਮਣੇ ਆਉਂਦੇ ਹਨ। ਸੁੱਖਾ ਸਿੰਘ ਗ੍ਰੰਥੀ ਪਟਨਾ ਨੇ ਦਸਮ ਗ੍ਰੰਥ ਦੀ ਇੱਕ ਬੀੜ ਸੰਮਤ 1832 ਬਿਕਰਮੀ ਵਿੱਚ ਤਿਆਰ ਕੀਤੀ ਸੀ। ਸੁੱਖਾ ਸਿੰਘ ਦਾ ਪੁੱਤਰ ਚੜ੍ਹਤ ਸਿੰਘ ਸੀ, ਉਸਦੇ ਹੱਥ ਦੀ ਲਿਖਾਵਟ ਦਸਮ ਗੁਰੂ ਜੀ ਵਰਗੀ ਸੀ। ਚੜ੍ਹਤ ਸਿੰਘ ਨੇ ਗੁਰੂ ਕੋਲੋਂ ਪੰਜ ਪੱਤਰ, ਗੁਰੂ ਵੱਲੋਂ ਪੰਜ ਪੱਤਰੇ ਲਿਖ ਕੇ ਉਪਰੋਕਤ ਬੀੜ ਵਿੱਚ ਪਾਏ ਸਨ। ਉਸੇ ਕਿਸਮ ਦਾ ਉਸਨੇ ਇੱਕ ਹੋਰ ਗ੍ਰੰਥ ਲਿਖਿਆ ਸੀ ਜਿਸ ਨੂੰ ਬਾਬਾ ਹਾਕਮ ਸਿੰਘ ਲੈ ਗਿਆ। ਇਹ ਗ੍ਰੰਥ ਹੁਣ ਮੋਤੀ ਬਾਗ ਗੁਰਦੁਆਰੇ ਵਿੱਚ ਪਿਆ ਹੈ। ਚੜ੍ਹਤ ਸਿੰਘ ਨੇ ਹੋਰ ਵੀ ਕਈ ਗ੍ਰੰਥ ਲਿਖੇ ਅਤੇ ਉਹਨਾਂ ਨੂੰ ਦਸਮ ਗੁਰੂ ਦੀ ਆਪਣੀ ਹੱਥ ਲਿਖਤ ਵਿੱਚ ਦੱਸ ਕੇ ਚੌਗਣੀ ਕੀਮਤ ਵਸੂਲ ਕੀਤੀ। ਹੁਣ ਜ਼ਰਾ ਸੋਚਿਓ, ਉਪਰੋਕਤ ਤੱਥਾਂ ਦੇ ਆਧਾਰ 'ਤੇ ਇਹ ਸਪਸ਼ਟ ਹੈ ਕਿ ਗੁਰਦੁਆਰਾ ਮੋਤੀ ਬਾਗ ਵਾਲੀ ਬੀੜ ਚੜ੍ਹਤ ਸਿੰਘ ਦੀ ਬਣਾਈ ਹੋਈ ਹੈ ਅਤੇ ਉਹ ਬੀੜ ਜਿਹੜੀ ਹੈ ਉਹ ਜਾਲੀ ਹੈ। ਅੱਗੇ ਹੁਣ ਜ਼ਰਾ ਆਖਰੀ ਲਫ਼ਜ਼ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਉਹ ਇਹ ਹੈ ਕਿ ਕਿਉਂਕਿ ਉਹਦੀ ਲਿਖਤ ਉਸੇ ਤਰ੍ਹਾਂ ਦੀ ਸੀ, ਉਹਨੇ ਗੁਰੂ ਨੂੰ ਬਦਨਾਮ ਕਰਨ ਵਾਸਤੇ, ਗੁਰੂ ਦਸਮ ਪਾਤਸ਼ਾਹ ਜੀ ਨੂੰ ਬਦਨਾਮ ਕਰਨ ਵਾਸਤੇ ਅਤੇ ਸਿੱਖੀ ਵਿੱਚ ਆਚਰਨ ਦੀ ਗਿਰਾਵਟ ਲਿਆਉਣ ਵਾਸਤੇ ਕੁਝ ਹੁਕਮਨਾਮੇ ਲਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਥੱਲੇ। ਉਹਦੇ ਵਿੱਚ ਇੱਕ ਹੁਕਮਨਾਮਾ ਹੁਣ ਵੀ ਪਟਨੀ ਵਿੱਚ ਪਿਆ, ਉਹ ਲਿਖਦਾ ਹੁਣ ਵੀ ਪਟਨੀ ਵਿੱਚ ਪਿਆ ਅਤੇ ਉਹ ਹੁਕਮਨਾਮਾ ਕੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ? ਉਹ ਕਹਿੰਦਾ ਕਿ ਪਟਨੇ ਵਾਲਾ ਹੁਕਮਨਾਮਾ, ਇੱਕ ਹੁਕਮਨਾਮਾ ਹਰਿਮੰਦਰ ਜਨਮ ਸਥਾਨ ਪਟਨਾ ਵਿਖੇ ਸੁਰੱਖਿਅਤ ਹੈ ਅਤੇ ਉਸਨੂੰ ਪਟਨੇ ਦੀ ਸੰਗਤ ਦੇ ਨਾਂ 'ਤੇ ਜਾਰੀ ਕੀਤਾ ਗਿਆ ਹੈ। ਇਸ ਹੁਕਮਨਾਮੇ ਦਾ ਇਸ ਤੋਂ ਅਧਿਕ ਇਤਿਹਾਸ ਦੱਸਣ ਵਿੱਚ ਉੱਥੋਂ ਦੀ ਪ੍ਰਬੰਧਕ ਕਮੇਟੀ ਵੀ ਅਸਮਰੱਥ ਹੈ, ਕੁਝ ਨਹੀਂ ਦੱਸ ਸਕਦੀ ਕਿ ਇਹ ਕੀ ਹੈ। ਅਤੇ ਉਹ ਹੁਕਮਨਾਮਾ ਕੀ ਹੈ ਜ਼ਰਾ ਪੜ੍ਹਿਓ ਦਿਲ ਜਿਗਰੇ ਨਾਲ।
ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਦੀ ਸੰਗਤ ਨੂੰ ਇੱਕ ਹੁਕਮਨਾਮਾ ਭੇਜਦੇ ਨੇ। ਉਹ ਹੁਕਮਨਾਮਾ ਕੀ ਹੈ? ਸ੍ਰੀ ਸਤਿਗੁਰੂ ਜੀ ਦੀ ਆਗਿਆ ਹੈ, ਸਰਬ ਸੰਗਤ ਪਟਨੇ ਕੀ ਅਕਾਲ ਪੁਰਖ ਦਾ ਖਾਲਸਾ ਹੈ, ਗੁਰੂ ਰੱਖੇਗਾ, ਗੁਰੂ ਗੁਰੂ ਜਪਣਾ ਜਨਮ ਸਵਰੇਗਾ, ਪਾਸ ਜੋ ਫਰਮਾਇਸ਼ ਹੁੱਕਿਆਂ ਦੀ, ਸੋ ਤਰ੍ਹਾਂ ਤਰ੍ਹਾਂ ਦੇ ਰੰਗ ਦੇ ਹੁੱਕੇ ਸ਼ੀਸ਼ੇ ਕੇ ਵਾਚਿਲਮਾ ਵਾਚਿਲਮ ਚ ਹੀ ਆਪ ਖੋਰੇ ਹੁੱਕੇ ਨੀਲੇ ਰੰਗ ਕੇ ਬਹੁਤ ਹੋਵਣ, ਸੰਗਤ ਜੀ ਹੁਕਮ ਦੇਖਦੇ ਦੇਣੇ, ਜੋ ਸਿੱਖ ਦੇਵੇਗਾ ਭੇਜੇਗਾ ਸੋ ਨਿਹਾਲ ਹੋਵੇਗਾ। ਕਿ ਗੁਰੂ ਹੁਕਮ ਕਰ ਰਿਹਾ ਪਟਨ ਦੀ ਸੰਗਤ ਨੂੰ, ਮੈਨੂੰ ਹੁੱਕੇ ਭੇਜੋ। ਸੋਚਿਓ ਅਸੀਂ ਕਿੱਥੇ ਬੈਠੇ ਹਾਂ, ਸਭ ਚੀਜ਼ਾਂ ਸਾਡੇ ਸਾਹਮ, ਅਸੀਂ ਫਿਰ ਅੱਖਾਂ ਬੰਦ ਕਰ ਲਈਏ। ਇਹਦੇ ਸਾਰੇ ਲਫ਼ਜ਼ ਨੇ, ਸੋ ਨਿਹਾਲ ਹੋਵੇਗਾ। ਸੰਗਤ ਜੀ ਹੁੱਕੇ ਸ਼ਤਾਬ ਭੇਜਣੇ, ਨੀਲੇ ਸੁਨਹਿਰੀ ਭੇਜਣੇ, ਅੱਗੇ ਵੀ ਹੁਕਮ ਭੇਜਿਆ ਥਾ, ਢਿੱਲ ਨਹੀਂ ਕਰਨੀ, ਨਿਹਾਲ ਹੋਵੇ, ਬੋੜੀ ਹੋਵੇ। ਇਹ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਥੱਲੇ ਪਟਨੇ ਦੀ ਸੰਗਤ ਨੂੰ ਹੈ। ਔਰ ਕਿੱਡੀ ਦੁੱਖ ਵਾਲੀ ਗੱਲ ਹੈ ਕਿ ਪਟਨੇ ਦੇ ਇਸ ਹੁਕਮਨਾਮੇ ਨੂੰ ਪਟਨੇ ਦੇ ਪ੍ਰਬੰਧਕਾਂ ਨੇ ਅਜੇ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਜੇ ਤਾਂ ਉਹ ਮੰਨਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮਨਾਮਾ, ਤਾਂ ਫਿਰ ਸਾਡੇ ਮਨ ਅੰਦਰ ਸੋਚ ਹੀ ਪਾ ਦੇਗਾ ਕਿ ਸਾਡਾ ਗੁਰੂ ਕਿਹੋ ਜਿਹਾ ਹੋਇਆ। ਅਤੇ ਜੇ ਉਹ ਮੰਨਦੇ ਨੇ ਕਿ ਹੁਕਮਨਾਮਾ ਚੜ੍ਹਤ ਸਿੰਘ ਦਾ ਹੈ, ਤਾਂ ਫਿਰ ਉਹਨਾਂ ਸੰਭਾਲ ਕੇ ਕਿਉਂ ਰੱਖਿਆ ਹੋਇਆ ਹੈ? ਅੱਜ ਤੋਂ 20-50 ਸਾਲ ਬਾਅਦ ਜਦੋਂ ਸਾਡੀ ਅਗਲੀ ਜਨਰੇਸ਼ਨ ਉਸ ਹੁਕਮਨਾਮੇ ਨੂੰ ਪੜ੍ਹੇਗੀ, ਉਹ ਮੰਨੇਗੀ ਗੁਰੂ ਤਾਂ ਆਪ ਹੁੱਕੇ ਮੰਗਦਾ, ਹੁੱਕੇ ਵਾਲੀ ਹੁਕਮਨਾਮੇ ਦਾ ਭੇਜਦਾ ਹੈ। ਲਿਖਤੀ ਚੀਜ਼ਾਂ ਨੇ ਜਿਹਨਾਂ ਕਿਤਾਬਾਂ ਦੇ ਨਾਮ ਲਿਖਾ ਸਕਣਾ, ਲਿਖਣ ਵਾਲੇ ਵਿਦਵਾਨਾਂ ਦੇ ਨਾਮ ਜਿਨ੍ਹਾਂ ਨੇ ਖੋਜ ਕੀਤੀ ਉਹ ਤੁਹਾਡੇ ਤੱਕ ਪਹੁੰਚਾ ਸਕਣਾ। ਭਰਿਓ ਅੱਖਾਂ ਖੋਲੋ, ਸਤਿਗੁਰੂ ਨੇ ਐਵੇਂ ਨਹੀਂ ਆਖਿਆ ਦੇਖੋ ਪਸਾਰ ਨੈਣ, ਅੱਖਾਂ ਖੋਲ੍ਹ ਕੇ ਦੇਖ। ਜਿਨ੍ਹਾਂ ਨੇ ਸਾਡੀ ਅਰਦਾਸ ਵਿੱਚ ਸਾਨੂੰ ਗੁੰਮਰਾਹ ਕਰਨ ਲਈ ਇਹ ਲਿਖ ਦਿੰਦਾ ਨਾ ਕਿ ਜਿਨ੍ਹਾਂ ਨੇ ਦੇਖ ਕੇ ਅਨਡਿੱਠ ਕੀਤਾ ਉਹ ਸਾਨੂੰ ਆਹ ਨਹੀਂ ਦੇਖਣ ਦੇਣਾ ਚਾਹੁੰਦੇ, ਉਹ ਚਾਹੁੰਦੇ ਨੇ ਮੱਥੇ ਟੇਕੀ ਜਾਣ, ਅਸੀਂ ਸੁਣਾਈਏ ਤਾਂ ਹੁਕਮਨਾਮੇ ਸੁਣੀ ਜਾਣ, ਵਿਚਾਰਨ ਬਿਲਕੁਲ ਨਾ, ਸਮਝਣ ਬਿਲਕੁਲ ਨਾ। ਜੇ ਭਲਾ ਸੋਚਿਓ ਇਹ ਲਿਖਤੀ ਚੀਜ਼ਾਂ ਨੇ ਮੇਰੀਆਂ ਆਪਣੀਆਂ ਬਣਾਈਆਂ, ਕੋਈ ਉੱਥੋਂ ਸਕੈਨ ਕਰਕੇ ਲਿਆਉਂਦੀਆਂ ਹੋਈਆਂ ਨੇ, ਇਹਨੂੰ ਮੈਂ ਆਪਣੇ ਹੱਥ ਨਾਲ ਲਿਖਿਆ ਵੀ ਨਹੀਂ। ਅਤੇ ਜੇ ਇਹ ਚੀਜ਼ਾਂ ਅੱਜ ਸਾਡੇ ਸਾਹਮਣੇ ਵਿਚਾਰ ਵਿੱਚ ਨਹੀਂ ਆਉਣਗੀਆਂ ਤਾਂ ਫਿਰ ਆਉਣ ਵਾਲਾ ਸਾਡਾ ਭਵਿੱਖ ਕੀ ਹੋਏਗਾ, ਇਸ ਦਾ ਆਪ ਹੀ ਅੰਦਾਜ਼ਾ ਲਗਾ ਲਓ। ਅਤੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿਫਤ ਹੋ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿੰਦਾ ਹੋ ਰਹੀ ਹੈ? ਸਾਨੂੰ ਕਹਿੰਦੇ ਨੇ ਇਹ ਜੀ ਗੁਰੂ ਦੀ ਨਿੰਦਾ ਕਰਦੇ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿੰਦਾ ਹੋ ਰਹੀ ਜਾਂ ਸਿਫਤ ਹੋ ਰਹੀ ਹੈ? ਮੇਰਾ ਗੁਰੂ ਗੁਰੂ ਦਸਮ ਪਾਤਸ਼ਾਹ ਉਹ ਹੈ ਜਿਹੜਾ ਦਸਾਂ ਗੁਰੂਆਂ ਦੀ ਜੋਤ ਹੈ, ਇੱਕੋ ਹੀ ਚੀਜ਼ ਹੈ, ਦਸਾਂ ਜਾਮਿਆਂ ਦੀ ਜੋਤ ਉਹੀ ਜੋਤ ਹੈ, ਜੋਤ ਉਹ ਆ ਜੁਗਤ ਸਾਹਿਬ, ਉਹਦੀ ਵਿਚਾਰਧਾਰਾ ਵੱਖਰੀ ਨਹੀਂ। ਅਤੇ ਜਿਹੜੀ ਵਿਚਾਰਧਾਰਾ ਵਿੱਚੋਂ ਇਹ ਫੈਸਲਾ ਨਿਕਲਦਾ ਹੈ ਅੰਮ੍ਰਿਤ ਕਾ ਵਪਾਰੀ ਹੋਵੇ,
ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਭਾਵ ਧਰੇ ਕਿਆ ਮਦ ਛੂਛੇ ਭਾਵ ਧਰੇ ਅੰਮ੍ਰਿਤ ਕਾ ਵਪਾਰੀ ਹੋਵੇ ਪੂਰਾ ਸਾਚ ਪਿਆਲਾ ਸਹਿਜੇ ਕਿਸੇ ਪਿਆਏ ਜਾਂ ਕੋ ਨਦਰ ਕਰੇ ਕਿਸੇ ਪਿਆਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਭਾਵ ਧਰੇ ਕਿਆ ਮਦ ਛੂਛੇ ਭਾਵ ਧਰੇ ਕਿਆ ਮਦ ਛੂਛੇ ਭਾਵ ਧਰੇ ਮੇਰਾ ਗੁਨਾ ਸਿਰਫ ਇੰਨਾ ਮੈਂ ਇਸ ਜ਼ਹਿਰ ਦਾ ਪੜਦਾ ਉਗੇੜਨਾ ਚਾਹੁੰਦਾ ਉਪਰੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਥੱਲੇ ਸਾਡੀ ਝੋਲੀ ਜਿਹੜੇ ਗ੍ਰੰਥ ਪਾਏ ਜਾ ਰਹੇ ਨੇ ਉਹਨਾਂ ਦੀਆਂ ਰਚਨਾਵਾਂ ਪੜ੍ਹੋ ਸਮਝੋ ਸਾਡੀ ਝੋਲੀ ਕੀ ਪਾਇਆ ਜਾ ਰਿਹਾ ਹੈ ਇੱਕ ਗ੍ਰੰਥ ਨਹੀਂ ਲੈ ਮੈਂ ਤਾਂ ਹੈਰਾਨ ਹੁੰਦਾ ਜਦੋਂ ਮੈਂ ਸਟੱਡੀ 'ਚ ਲੱਗਣਾ ਜਿਹੜਾ ਗ੍ਰੰਥ ਮੇਰੇ ਸਾਹਮਣੇ ਆਉਂਦਾ ਹੈਰਾਨ ਕਰ ਦਿੰਦਾ ਇਹਦੇ 'ਚ ਆ ਲਿਖਿਆ ਆਖਿਰ ਕਲਮਾ ਨੇ ਸਾਡੇ ਨਾਲ ਕੀ ਕੀਤਾ ਮੈਂ ਪਿਛਲੇ ਦਿਨਾਂ ਵਿੱਚ ਇੱਕ ਲਫ਼ਜ਼ ਵਰਤਿਆ ਸੀ ਇੱਕ ਮੈਸੇਜ ਵਿੱਚ ਕਿ ਇਹਨਾਂ ਜ਼ਾਲਮ ਕਲਮਾ ਨੇ ਸਾਡਾ ਸਿਰ ਕਲਮ ਕਰ ਦਿੱਤਾ ਹੈ ਕਲਮਾ ਦਾ ਅਰਥ ਲਿਖਣ ਵਾਲਾ ਵੀ ਹੈ ਕਲਮਾ ਦਾ ਅਰਥ ਕਤਲ ਕਰਨਾ ਵੀ ਹੈ ਮੈਂ ਕਿਹਾ ਇਹਨਾਂ ਤਾਂ ਸਾਡਾ ਸਿਰ ਹੀ ਕਲਮ ਕਰ ਦਿੱਤਾ ਹੈ ਸਿਰ ਕਲਮ ਕਰਨ ਦਾ ਕੀ ਮਤਲਬ ਹੈ ਭਾਵ ਸੋਚ ਖਤਮ ਕਰ ਦੇਣਗੇ ਅਸੀਂ ਕਹਿੰਦੇ ਲਓ ਜੀ ਸਾਡੇ ਇਹ ਧਾਰਮਿਕ ਗ੍ਰੰਥ ਨੇ ਜੀ ਜੋ ਕੁਝ ਲਿਖਦੇ ਨੇ ਠੀਕ ਇਹਨਾਂ ਅੱਗੇ ਸਿਰ ਚੁਕਾਉਣਾ ਹੈ ਇਹ ਸਾਡੇ ਧਾਰਮਿਕ ਗ੍ਰੰਥ ਨੇ ਜੋ ਇਹਨਾਂ ਦੀ ਆਗਿਆ ਅਸੀਂ ਮੰਨ ਸਾਨੂੰ ਕਹਿੰਦੇ ਨੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਸਮ ਪਿਤਾ ਦੀ ਲਿਖਤ ਆ ਜੀ ਤੁਹਾਨੂੰ ਇਹ ਮੰਨਣੀ ਹੀ ਪਏਗੀ ਇਹ ਤਾਂ ਭਾਵੇਂ ਸੋਚੋ ਦਸਮ ਪਿਤਾ ਨੂੰ ਵੇਸਵਾਵਾਂ ਦੇ ਚੁਬਾਰੇ 'ਤੇ ਦੱਸਣਾ ਦਸਮ ਪਿਤਾ ਨੂੰ ਸ਼ਰਾਬ ਪੀਂਦੇ ਅਤੇ ਪਿਆਉਂਦੇ ਦੱਸਣਾ ਇਹ ਆਪਣੇ ਦਸਮ ਪਿਤਸ਼ਾਹ ਧੰਨ ਧੰਨ ਗੁਰੂ ਦਸਮ ਪਾਤਸ਼ਾਹ ਜੀ ਦੀ ਸਿਫਤ ਹੈ ਤਾਂ ਸਾਡੀ ਝੋਲੀ ਜ਼ਹਿਰ ਪਾਇਆ ਜਾ ਰਿਹਾ ਪਿਤਾ ਦੇ ਨਾਮ 'ਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਬਿਨਾਂ ਸੁਚੇਤ ਹੋਏ ਗੁਰੂ ਨੇ ਐਵੇਂ ਨਹੀਂ ਪਾਣੀ ਵਿੱਚ ਆਖਿਆ ਕਹਿਣ ਲੱਗੇ ਸੁਣ ਮੁੰਦੇ ਹਰਨਾਠੀਏ ਗੂੜਾ ਵੈਣ ਅਪਾਰ ਪਹਿਲਾਂ ਵਸਤ ਸਿਆਣ ਕੇ ਤਾਂ ਕੀਚੇ ਵਪਾਰ ਕਹਿਣ ਲੱਗੇ ਦੋਹੀ ਦਿੱਚੇ ਦੁਰਜਨਾ ਮਿੱਤਰਾਂ ਕੋ ਜੈਕਾਰ
ਦੁਰਜਨ ਤੋਂ ਪਾ ਹੁੰਦਾ ਦੁਸ਼ਮਣ, ਦੁਸ਼ਮਣ ਲਈ ਦੁਹਾਈ ਪਾ, ਚੁੱਪ ਕਰਕੇ ਨਾ ਬੈਠ, ਦੁਹਾਈ ਪਾ ਕਿ ਲੋਕੋ ਆਹ ਮੇਰੇ ਨਾਲ ਦੁਸ਼ਮਣੀ ਜ਼ੁਲਮ ਹੋ ਰਿਹਾ ਹੈ। ਦੋਹੀ ਦਿੱਚੇ ਦੁਰਜਨਾ, ਮਿੱਤਰਾਂ ਲਈ ਜੈ ਜੈਕਾਰ ਕਰ ਜਿਹੜੇ ਤੈਨੂੰ ਗੁਰੂ ਨਾਲ ਜੋੜੇ ਨੇ, ਗੁਰੂ ਦੀ ਅੰਮ੍ਰਿਤਮਈ ਸਿੱਖਿਆ ਨਾਲ ਜੋੜੇ ਨੇ, ਅਤੇ ਜਿਹੜੇ ਸਾਨੂੰ ਗੁਰੂ ਤੋਂ ਵੀ ਤੋੜੇ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੀ ਤੋੜੇ ਨੇ, ਸਾਡੇ ਉੱਚੇ ਆਚਰਨ ਨੂੰ ਰਸਾਤਲ ਵਿੱਚ ਭੇਜਦੇ ਸੁੱਟ ਦੇਣ, ਉਹਨੂੰ ਦੁਰਜਨ ਨੂੰ ਦੁਹਾਈ ਪਾ ਕੇ ਲੋਕਾਂ ਨੂੰ ਦੱਸੋ, ਆਪਣੀਆਂ ਅੱਖਾਂ ਖੋਲ੍ਹੋ, ਪਛਾਣੋ, ਜਿਹੜੇ ਲੋਕ ਤੁਹਾਨੂੰ ਆ ਕੇ ਪੁੱਛਦੇ ਨੇ ਉਹਨਾਂ ਦੇ ਸਾਹਮਣੇ ਰੱਖੋ, ਜਾਂ ਤੁਹਾਡਾ ਗੁਰੂ ਹੈ, ਤੁਹਾਡਾ ਹੋਏਗਾ ਗੁਰੂ, ਸਾਡਾ ਨਹੀਂ। ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਮਹਾਨ ਹੈ ਜਿਹਦੇ ਦਿੱਤੇ ਹੋਏ ਅੰਮ੍ਰਿਤ ਦੇ ਸਹਾਰੇ ਸਾਡਾ ਜੀਵਨ ਖੜ੍ਹਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।